वेलकम टू GAJ रिकॉर्ड चैनल। मैं आपकी मेज़बान सुरेंद्र सिंह सागर। करो कबूल GAJ रिकॉर्ड चैनल की सारी टीम वालों प्यार भरी सत श्री अकाल। दोस्तों, जिवें टाइम टू टाइम आप जी दे नाल मुलाकात असी एक उच चोटी के कलाकारां दे नाल करवाया करते हाँ, अज भी आप जी दे नाल एक इहो जिहे कलाकार दी ਰੂਬਰੂ ਆਪ ਜੀ ਦੇ ਕਰਾਂਗੇ ਜਿਨ੍ਹਾਂ ਦੇ ਦਿਲ ਦੇ ਬਲਬਲੇ ਉਹਨਾਂ ਦੇ ਦਿਲ ਦੀ ਆਵਾਜ਼ ਆਪ ਤੱਕ ਪਹੁੰਚਾਈ ਜਾਏਗੀ। ਕੋਈ ਵੀ ਗੀਤ ਇਹਨਾਂ ਦਾ ਮਾਰਕੀਟ ਵਿੱਚ ਆਉਂਦਾ, ਤੁਸੀਂ ਉਹਨਾਂ ਨੂੰ ਇੰਨਾ ਪਿਆਰ ਦਿੰਦੇ ਹੋ ਕਿ ਇਸੇ ਕਰਕੇ ਉਹ ਇਹਨਾਂ ਬੁਲੰਦੀਆਂ ਤੱਕ ਪਹੁੰਚੇ ਨੇ। ਕੋਈ ਧਾਰਮਿਕ ਗੀਤ ਹੋਵੇ ਚਾਹੇ ਸੱਭਿਆਚਾਰਕ ਗੀਤ ਹੋਵੇ, ਹਰ ਇੱਕ ਨੂੰ ਤੁਸੀਂ ਬੜਾ ਪਿਆਰ ਦਿੱਤਾ। ਅੱਜ ਮੈਂ ਉਹਨਾਂ ਦੇ ਨਾਲ ਆਪ ਜੀ ਦੀ ਮੁਲਾਕਾਤ ਕਰਵਾਉਣ ਜਾ ਰਿਹਾ। ਮੇਰੀ ਮੁਰਾਦ ਹੈ ਪ੍ਰੇਮ ਚਮਕੀਲਾ ਜੀ। ਚਮਕੀਲਾ ਸਾਹਿਬ, ਸਭ ਤੋਂ ਪਹਿਲਾਂ ਤਾਂ GAJ ਰਿਕਾਰਡ ਚੈਨਲ 'ਤੇ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ। ਧੰਨਵਾਦ ਜੀ ਆਪ ਜੀ ਦਾ, ਅਤੇ ਚੈਨਲ ਦਾ ਵੀ ਬਹੁਤ ਸਾਰਾ ਧੰਨਵਾਦ ਹੈ, ਤੁਹਾਡਾ ਵੀ ਧੰਨਵਾਦ ਕਰ ਰਹੇ, ਥੈਂਕ ਯੂ। ਚਮਕੀਲਾ ਜੀ, ਆਪ ਜੀ ਦੇ ਪਿਛੋਕੜ ਬਾਰੇ ਕੁਝ ਜਾਣਨਾ ਚਾਹਾਂਗਾ ਜੀ ਕਿ ਆਪ ਜੀ ਕਦੋਂ ਔਰ ਕਿਹੜੇ ਸਨ ਵਿੱਚ ਅਤੇ ਕਿਹੜੀ ਉਮਰ ਦੇ ਵਿੱਚ ਤੁਸੀਂ ਇੰਡੀਆ ਤੋਂ ਚੱਲ ਕੇ ਇੰਗਲੈਂਡ ਦੀ ਧਰਤੀ UK ਵੁਲਵਰਹੈਂਪਟਨ ਦੇ ਵਿੱਚ ਆਏ। ਇਹ 1985 ਦੇ ਵਿੱਚ ਅਸੀਂ ਇਸ ਧਰਤੀ ਦੇ ਪਹੁੰਚੇ ਸੀ। ਤੁਸੀਂ ਇੱਥੇ ਆਏ? ਹਾਂਜੀ ਹਾਂਜੀ। ਅਤੇ ਉਮਰ ਕਿੰਨੀ ਕੁ ਸੀ ਉਸ ਵੇਲੇ? ਉਮਰ ਹਲਕੀ ਸੀਗੀ। ਹਲਕੀ? ਹਾਂਜੀ, ਮੈਂ ਦੱਸ ਨਹੀਂ ਸਕਦਾ ਹੁਣ ਮੈਨੂੰ। ਅੱਛਾ, ਆਪਾਂ ਪਤਾ ਲੱਗ ਜਾਂਦਾ, ਚਾਂਸ ਹੀ ਮਿਲ ਗਿਆ। ਨਹੀਂ, ਲੋਕਾਂ ਨੂੰ ਪਤਾ ਲੱਗ ਜਾਂਦਾ ਇਹ ਵੀ ਗੱਲ ਹੈ, ਹਲਕੀ ਉਮਰ ਜੇ ਦੱਸ ਦਿਓ ਫਿਰ ਇਵੇਂ ਪਤਾ ਲੱਗ ਜਾਣਾ ਵੀ ਹੁਣ ਇਸ ਵੇਲੇ ਫਿਰ 85 'ਚ ਇੰਨੀ ਸੀ ਤਾਂ ਹੁਣ ਇੰਨੀ ਹੋ ਗਈ। ਕਿਆ ਬਾਤ ਹੈ, ਇੱਕ ਆਰਟਿਸਟ ਦੀ ਇਹ ਵੀ ਹੁਨਰ ਹੁੰਦਾ ਜੀ। ਸਾਡੇ ਵਰਗਿਆਂ ਨੂੰ ਕੋਈ ਪੁੱਛੇ ਮੈਂ ਇੱਕ ਸਾਲ ਵੱਧ ਹੀ ਦੱਸਦਾ। ਚਲੋ, ਚੰਗੀ ਗੱਲ ਹੈ। ਹਾਂਜੀ, ਔਰ ਠੀਕ ਹੈ, ਜਦ ਤੁਸੀਂ ਇੱਥੇ ਇੰਗਲੈਂਡ ਦੀ ਧਰਤੀ 'ਤੇ ਆਏ ਹੋ ਜੀ, ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਨਹੀਂ, ਐਕਚੁਅਲੀ ਮੈਨੂੰ ਇੰਨੀਆਂ ਮੁਸ਼ਕਲਾਂ ਦਾ ਨਹੀਂ ਸਾਹਮਣਾ ਕਰਨਾ ਪਿਆ ਕਿਉਂਕਿ ਸਾਡੀ ਫੈਮਿਲੀ ਸੀਗੀ ਨਾ ਇੱਥੇ। ਅੱਛਾ। ਹਾਂਜੀ, ਸਾਡੇ ਵੱਡੇ ਸਿਸਟਰ ਜੀ ਇੱਥੇ ਸੀਗੇ, ਮੇਰੇ ਬ੍ਰਦਰ ਲੋ ਇੱਥੇ ਸੀ, ਤਾਂ ਜਿਹੜੇ ਮੇਰੇ ਨੈਫਿਊ ਭਾਣ ਜੀ ਮੇਰੇ ਸੀਗੇ ਉਹ ਤਕਰੀਬਨ ਮੇਰੇ ਨਾਲ ਹਮ ਉਮਰ ਜਿਹਦਾ ਕਹਿ ਦਈਏ ਇੱਦਾਂ ਸੀ, ਉਹ ਫਰਿੰਡਾਂ ਵਾਂਗੂ ਅਸੀਂ ਸਾਡਾ ਘੋਲ ਮਿਲ ਗਏ। ਵਾਹ ਵਾਹ। ਫਿਰ ਮੇਰੇ ਮੰਮੀ ਡੈਡੀ ਅਤੇ ਮਾਤਾ ਪਿਤਾ ਦੇ ਨਾਲ, ਇਸ ਕਰਕੇ ਸਾਨੂੰ ਮੈਨੂੰ ਇੰਨਾ ਮਹਿਸੂਸ ਕੋਈ ਜ਼ਿਆਦਾ ਮਹਿਸੂਸ ਨਹੀਂ ਹੋਇਆ। ਅਤੇ ਫਿਰ ਤੁਸੀਂ ਇੱਥੇ ਆਣ ਕੇ ਸਭ ਤੋਂ ਪਹਿਲੇ ਕਿਹੜਾ ਕੰਮ ਕੀਤਾ? ਇਹ ਉਸ ਵੇਲੇ ਜਿਹੜੀਆਂ ਫੈਕਟਰੀਆਂ ਸੀ ਕੱਪੜੇ ਦੀਆਂ ਫੈਕਟਰੀਆਂ, ਹਾਂਜੀ, ਇੱਥੋਂ ਹੀ ਸਟਾਰਟ ਹੋਏ ਅਸੀਂ। ਅੱਛਾ। ਹਾਂਜੀ, ਇਸੇ ਕੰਮ ਦੇ ਵਿੱਚ ਹੌਲੀ ਹੌਲੀ ਆਸਤਾ ਆਸਤਾ ਬਸ ਫਿਰ ਸਾਡੇ ਜਗਦੀਸ਼ ਰਾਏ ਦਾਦਰਾ ਜੋ ਕਿ ਗਰੁੱਪਾਂ ਦੇ ਨਾਲ ਪਲੇ ਕਰਨ ਜਾਂਦੇ ਹੁੰਦੇ ਸੀਗੇ ਅਤੇ ਉਹ ਕੰਮ ਦੇ ਵਿੱਚ ਹੀ ਸਾਡਾ ਸਹਿਯੋਗ ਮਿਲਣ ਕਰਕੇ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਜੇ ਮੈਨੂੰ ਤੁਸੀਂ ਕੁਛ ਸਿਖਾਵੋ ਤਾਂ ਉਹ ਸਿਖਾਉਂਦੇ ਆ, ਮੈਂ ਰੋਜ਼ ਸਿੱਖਣ ਜਾਣਾ ਜਾਂ ਹਫ਼ਤੇ ਪਿਛੋਂ, ਸੋਰੀ, ਹਾਂਜੀ, ਜਦੋਂ ਸੰਡੇ ਵਾਲੇ ਦਿਨ ਮੈਂ ਸਿੱਖਣ ਜਾਣਾ ਅਤੇ ਫਿਰ ਹੌਲੀ 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 ਫਰਕ ਪੈਂਦਾ ਪੈਂਦਾ, ਫਿਰ ਮੈਨੂੰ ਇੱਕ ਸਟੇਜ 'ਤੇ ਕਹਿੰਦੇ ਵੀ ਇੱਥੇ ਅੱਜ ਗਾਉਣਾ ਆ। ਅੱਛਾ। ਫਿਰ ਉੱਥੇ ਅਸੀਂ ਗੀਤ ਪਲੇ ਕੀਤਾ ਸੀ, ਫਿਰ ਮੈਨੂੰ ਮਹਿਸੂਸ ਹੋਇਆ ਕਿ ਜੇ ਮਿਹਨਤ ਕਰੀਏ ਤਾਂ ਕੁਛ ਨਾ ਕੁਛ ਹੋ ਸਕਦਾ ਹੈ। ਅਤੇ ਤੁਹਾਡੀ ਜਿਹੜੀ ਪਹਿਲੀ ਸ਼ੁਰੂਆਤ, ਤੁਹਾਡੀ ਵਿੱਦਿਆ ਤੁਸੀਂ ਕਿੱਥੋਂ ਸ਼ੁਰੂ ਕੀਤੀ? ਇੰਡੀਆ ਤੋਂ ਪੜ੍ਹ ਕੇ ਆਏ ਸੀ ਜਾਂ ਕਿ ਇੱਥੇ ਆਣ ਕੇ ਵੀ? ਇੰਡੀਆ 'ਚੋਂ ਵੀ ਤਾਂ ਇੱਥੇ ਮੈਂ ਥੋੜ੍ਹਾ ਚਿਰ ਗਿਆ ਸੀ, ਥੋੜ੍ਹਾ ਚਿਰ ਕਾਲਜ ਵਿੱਚ, ਮੈਨੂੰ ਕਾਲਜ ਗਿਆ ਸੀ ਪਰ ਥੋੜ੍ਹਾ ਚਿਰ ਗਿਆ ਸੀ, ਠੀਕ ਹੈ, ਉਹ ਸਮਝ ਲਓ ਗਏ ਜਾਂ ਨਹੀਂ ਗਿਆ, ਪਰ ਮੈਨੂੰ ਉਹਦਾ ਫਾਇਦਾ ਬਹੁਤ ਹੋਇਆ। ਫਾਇਦਾ ਬਹੁਤਾ ਹੁੰਦਾ ਕਿਉਂਕਿ ਜਦੋਂ ਤੁਸੀਂ ਨਵੇਂ ਮੁਲਕ ਦੇ ਵਿੱਚ ਆਉਂਦੇ ਹੋ ਨਾ, ਹਾਂਜੀ, ਉਹਦੀ ਲੈਂਗੁਏਜ ਦੀ ਇੱਕ ਵੱਡਾ ਬੈਰੀਅਰ ਹੁੰਦਾ, ਹਾਂਜੀ, ਜਿੰਨਾ ਚਿਕਰ ਤੁਸੀਂ ਉਹ ਬੈਰੀਅਰ ਨੂੰ ਕ੍ਰੋਸ ਨਹੀਂ ਕਰਦੇ ਉਹਨਾਂ ਚਿਕਰ ਉਹ ਗੱਲ ਬਣਦੀ ਨਹੀਂ, ਕਿਉਂਕਿ ਤੁਸੀਂ ਕਿਸੇ ਨਾਲ ਗੱਲ ਨਹੀਂ ਕਰ ਸਕਦੇ। ਬਿਲਕੁਲ ਜੀ, ਹੈ ਨਾ। ਅਤੇ ਫਿਰ ਅੱਛਾ, ਤੁਹਾਡਾ ਗਾਉਣ ਬਾਰੇ ਤੁਸੀਂ ਗੱਲ ਸ਼ੁਰੂ ਕੀਤੀ ਆ ਕਿ ਤੁਹਾਡਾ ਨਾਮ ਪ੍ਰੇਮ ਚਮਕੀਲਾ ਹੈ, ਇਹ ਪ੍ਰੇਮ ਚਮਕੀਲਾ ਕਿੱਥੋਂ ਆਇਆ, ਇਹ ਕਿਵੇਂ ਪਿਆ? ਇਹ ਮੈਂ ਇੱਕ ਜਿਹੜੀ ਗੀਤ ਹੀ ਗਾਉਂਦਾ ਹੁੰਦਾ ਸੀ ਉਹਨਾਂ ਦੇ, ਚਮਕੀਲਾ ਸਾਹਿਬ ਜੀ ਦੇ। ਅੱਛਾ।
ਤੇ ਉਹ ਸਾਰੇ ਹੀ ਫਿਰ ਜਿੱਥੋਂ ਕਿਤੇ ਜਾਣਾ ਜਾਂ ਆਉਣਾ ਬਸ ਇਹੀ ਕਹਿਣਾ, ਨਾ ਹੀ ਮੇਰਾ ਇਹ ਲੈਣ ਲੱਗ ਪਿਆ। ਫਿਰ ਹੌਲੀ ਹੌਲੀ ਗਰੁੱਪਾਂ ਦੇ ਵਿੱਚ ਤੋਂ ਆਪਣੇ ਜਗਦੀਸ਼ ਰਾਏ ਦਾਦਰਾ ਜੀ ਦਾ ਬਹੁਤ ਸਹਿਯੋਗ, ਇਸ ਕਰਕੇ ਹਾਂਜੀ ਇਹ ਫਿਰ ਮੈਨੂੰ ਲੈ ਕੇ ਗਏ ਸੀ ਇੱਕ ਸਿੰਗਰ ਦੇ ਕੋਲ, ਇੱਥੇ ਨਾਮਵਰ ਸਿੰਗਰ ਹੈਗਾ ਬਖਸ਼ੀਸ਼ ਜਮਲਾ ਜੀ, ਹਾਂਜੀ ਕਹਿੰਦੇ ਵੀ ਇੱਦਾਂ ਕਰਕੇ ਆ ਵੀ, ਉਹ ਕਹਿੰਦੇ ਠੀਕ ਆ, ਬਖਸ਼ੀਸ਼ ਕਿਹੜਾ ਜੀ, ਬਖਸ਼ੀਸ਼ ਜਮਲਾ ਜੀ, ਜਮਲਾ ਜੀ, ਹਾਂਜੀ ਵਾਹ ਹਾਂਜੀ। ਕੀ ਬਾਤ ਹੈ, ਉਹਨਾਂ ਕੀ ਤੇ ਬਾਤ। ਹਾਂਜੀ ਉਹਨਾਂ ਦੇ ਨਾਲ ਫਿਰ ਮੌਕਾ ਮਿਲਿਆ ਤੇ ਉਹ ਫਿਰ ਪੋਸਟਰ ਬਣਾਉਣੇ ਸੀਗੇ, ਤੇ ਉਹ ਕਹਿੰਦਾ ਜਿਹੜਾ ਸਾਰਾ ਸਾਰੇ ਤੁਹਾਨੂੰ ਲੋਕ ਹੀ ਇਹ ਨਾਂ ਤੋਂ ਜਾਣਦੇ ਆ, ਫਿਰ ਨਾਂ ਹਾਂਜੀ ਇਹ ਲਿਖਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ, ਸਹੀ ਉਦੋਂ ਇਹ ਜਾਣੀ ਤੁਸੀਂ, ਲੋਕਾਂ ਨੇ ਤੁਹਾਨੂੰ ਇਹ ਨਾਮ ਦਿੱਤਾ ਹੈ। ਹਾਂਜੀ ਬਸ ਇੱਥੇ ਇੰਗਲੈਂਡ ਵਾਲਿਆਂ ਨੇ ਮੈਨੂੰ ਤੇ ਨਾਂ ਦਿੱਤਾ, ਉਹਨਾਂ ਯੂਕੇ ਉਹਨਾਂ ਵਾਲੇ। ਤੋਂ ਤੁਸੀਂ ਉਹਨਾਂ ਦੇ ਗੀਤ ਗਾਇਆ ਕਰਦੇ ਸੀ, ਜੀ ਚਮਕੀਲਾ ਜੀ ਦੀ, ਕੀ ਜੀ ਬਾਤ ਹੈ, ਹਾਂਜੀ, ਉਹਨਾਂ ਨੇ ਬੜੇ ਧਾਰਮਿਕ ਗੀਤ ਵੀ ਗਾਇਆ, ਬਹੁਤ ਔਰ ਇਹ ਹੁਨਰ ਤੁਹਾਡੇ ਵਿੱਚ ਇਸ ਕਰਕੇ ਵੀ ਤੁਸੀਂ ਧਾਰਮਿਕ ਵੀ ਬੜੇ ਗਾਏ ਆ ਹਾਂਜੀ, ਔਰ ਸੱਭਿਆਚਾਰਕ ਵੀ ਬੜੇ ਗਾਏ ਆ। ਹਾਂਜੀ ਸੱਚ ਹੈ ਜੀ, ਸੱਚ ਹਾਂਜੀ, ਸਹੀ, ਹਾਂਜੀ ਤੇ ਅੱਛਾ ਇਹ ਵੀ ਇਹ ਕਰਕੇ ਜਦੋਂ ਤੁਸੀਂ ਚਮਕੀਲਾ ਤੁਹਾਡਾ ਨਾਮ ਪੈ ਗਿਆ ਜੀ, ਤੇ ਫਿਰ ਤੁਸੀਂ ਗੁਰੂ ਕਿਹਨੂੰ ਉਤਾਰਿਆ, ਕਿਉਂਕਿ ਕਹਿੰਦੇ ਸ਼ਾਹ ਬਿਨਾ ਪਤ ਨਹੀਂ ਹਾਂਜੀ ਹਾਂਜੀ ਤੇ ਗੁਰੂ ਬਿਨਾ ਗਤ ਨਹੀਂ, ਹਾਂਜੀ ਬਿਲਕੁਲ ਸਹੀ ਹੈ। ਤੇ ਉਹ ਫਿਰ ਕਿਵੇਂ ਹੋਇਆ ਜੀ? ਇਹ ਸੰਗੀਤ ਦੀ ਲਾਈਨ ਇੱਕ ਇਹੋ ਜਿਹੀ ਲਾਈਨ ਹੈ, ਗੁਰੂ ਬੇਸ਼ੱਕ ਇੱਕ ਵੀ ਧਾਰ ਲਈਏ ਹੈ ਨਾ, ਹਾਂਜੀ, ਪਰ ਜਿੱਦਾਂ ਪੰਛੀ ਹੈ ਨਾ ਹਰੇਕ ਜਗ੍ਹਾ ਤੋਂ ਜਾ ਕੇ ਹਾਂ ਤਿਨਕਾ ਚੁਗਾ ਤਿਨਕਾ ਚੁਗਦਾ, ਚੁਗਾ ਚੁਗਦਾ, ਵਾਹ ਕੀ ਬਾਤ, ਇਹੀ ਸੰਗੀਤ ਦੀ ਲਾਈਨ ਹੈ, ਇੱਦਾਂ ਹੀ ਚੁਗਣਾ ਪੈਂਦਾ ਬਸ, ਅੱਛਾ ਚੁਗਣਾ ਇੱਦਾਂ। ਇੱਕ ਆਪਣੇ ਚਮਕੀਲਾ ਜੀ, ਕਈ ਵਾਰੀ ਅੱਜ ਕੱਲ੍ਹ ਜਿਹੜੇ ਨਵੇਂ ਸਿੰਗਰ ਆ, ਸਾਹ ਤਿੱਕਰ ਨਹੀਂ ਲਾਉਣਾ ਆਉਂਦਾ, ਨਹੀਂ ਲਾਉਣਾ ਆਉਂਦਾ ਕਈਆਂ ਨੂੰ, ਨਹੀਂ ਮੈਂ ਮਾਫ਼ ਕਰਨਾ, ਮੈਂ ਇਹ ਨਹੀਂ ਕਹਿੰਦਾ ਕਿ ਸਾਰਿਆਂ ਨੂੰ ਨਹੀਂ, ਕਈਆਂ ਨੂੰ ਸਾਹ ਤਿੱਕਰ ਨਹੀਂ ਲਾਉਣਾ ਆਉਂਦਾ, ਲੇਕਿਨ ਨਾਂ ਬੜਾ ਉਹਨਾਂ ਨੇ ਕਮਾਇਆ ਔਰ ਗਾ ਲੈਂਦੇ ਆ ਜੀ ਜੀ। ਪਰ ਤੁਸੀਂ ਇਹਦੇ ਵਿੱਚ ਕਿੰਨਾ ਕੁ ਕਹਿੰਦੇ ਕਿ ਉਹ ਜਿਹੜੀ ਚੀਜ਼ ਸਿੱਖਣੀ ਬਹੁਤ ਜ਼ਰੂਰੀ ਹੈ? ਨਹੀਂ ਜੇ ਚੀਜ਼ ਤਾਂ ਜ਼ਰੂਰੀ ਹੈ, ਅਸੀਂ ਵੀ ਸ਼ਾਇਦ ਉਸੇ ਲਾਈਨ 'ਚ ਹੀ ਹੋਈਏ, ਪਰ ਸਿੱਖਣੀ ਬਹੁਤ ਜ਼ਰੂਰੀ ਬਹੁਤ ਹੈ। ਜ਼ਰੂਰੀ, ਉਹ ਤੋਂ ਬਗੈਰ ਗੱਲ ਬਣਦੀ ਹਾਂਜੀ ਨਹੀਂ। ਹਾਂਜੀ, ਮੈਂ ਉਸ ਲਈ ਗੱਲ ਪੂਰੀ ਕਰਨੀ ਚਾਹੁੰਦਾ, ਅਸੀਂ ਸਾਡੇ ਇਕਬਾਲ ਹੁਸੈਨ ਜੀ ਪਾਕਿਸਤਾਨ ਤੋਂ ਆਏ ਸੀ, ਹਾਂਜੀ, ਉਹਨਾਂ ਦੇ ਨਾਲ ਅਸੀਂ ਬਹੁਤ ਫਿਰ ਲੇਟ ਲੇਟ ਨਾਈਟ ਤੱਕ ਅਸੀਂ ਬੈਠੇ ਰਹਿਣਾ, ਬਸ ਇਹ ਚੀਜ਼ਾਂ ਉਹਨੇ ਹੌਲੀਆਂ ਹੌਲੀਆਂ ਬਰੀਕੀਆਂ ਜਿਹੀਆਂ ਸਿਖਾਉਂਦੇ ਹੁੰਦੇ ਸੀ, ਹਾਂ ਉਹ ਬਹੁਤ ਮੈਨੇ ਰੱਖਦੀਆਂ ਉਹ ਸੀ ਉਹ ਸਿੰਗਿੰਗ ਲਾਈਨ ਜਿਹੜੀਆਂ ਬਰੀਕੀਆਂ ਨਾ, ਗੱਲ ਛੋਟੀ ਹੁੰਦੀ ਆ, ਉਹਦਾ ਮੈਨੇ ਬੜੇ ਵੱਡੇ ਹੁੰਦੇ ਆ ਬਸ, ਹੈਨਾ, ਬਹੁਤ ਵੱਡੇ, ਇੱਕ ਇੱਕ ਸੁਰ ਜਿਹੜੀ ਆ ਜੀ ਮਤਲਬ ਆ, ਹਾਂਜੀ, ਤੇ ਜੇਕਰ ਤੁਹਾਡੀ ਇੱਕ ਸੁਰ ਹੀ ਨਹੀਂ ਉਹ ਲੱਗੀ, ਜੇ ਸਾ ਹੀ ਨਹੀਂ ਪੂਰਾ ਸਹੀ ਲੱਗਿਆ ਤੇ ਕੀ ਕਰੋਗੇ ਤੁਸੀਂ, ਬਸ ਇਹੀ ਚੀਜ਼ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ, ਮੁਸ਼ਕਲ ਹੋ ਜਾਂਦੀ ਹੈ। ਅੱਛਾ ਤੁਸੀਂ ਸਟੇਜਾਂ ਦੇ ਉੱਤੇ, ਤੁਹਾਨੂੰ ਮੈਂ ਕਾਫੀ ਸੁਣਿਆ, ਸਟੇਜਾਂ ਦੇ ਤੁਸੀਂ ਸਾਂਭ ਲੈਂਦੇ ਹੋ, ਸਟੇਜ ਨੂੰ ਕਹਿੰਦੇ ਹੁੰਦੇ ਬਸ ਤੇ ਧਨੀ ਹੋ ਤੁਸੀਂ ਤੁਸੀਂ ਖੈਰ ਸਟੇਜ ਦੇ, ਕਹਿੰਦੇ, ਪਰ ਮੈਨੂੰ ਇਦਾਂ ਲੱਗਦਾ ਹੁੰਦਾ ਜਿੱਦਾਂ ਮੈਂ ਬਿਲਕੁਲ ਨਵਾਂ ਹੁੰਦਾ, ਉਹ ਮੈਨੂੰ ਫਿਰ ਇਦਾਂ ਤੁਸੀਂ ਸੁਸੁੰਦਾ ਰਹਿੰਦਾ, ਉਹ ਫਿਰ ਤੁਹਾਨੂੰ ਨਹੀਂ ਪਤਾ ਲੱਗਦਾ ਨਾ, ਲੇਕਿਨ ਜਿਹੜੇ ਸਰੋਤੇ ਹੁੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਤੇ ਤੁਹਾਡਾ ਨਾਮ ਐਵੇਂ ਚਮਕੀਲਾ ਨਹੀਂ ਪਾਇਆ ਕਿਸੇ ਨੇ, ਕਿਉਂਕਿ ਕੁਛ ਦੇਖ ਕੇ ਹੀ ਪਾਇਆ, ਕਿਉਂਕਿ ਬਖਸ਼ੀਸ਼ ਜਮਲਾ ਜੀ ਜਿਹੜੇ ਆ ਜੀ ਜੀ, ਉਹਨਾਂ ਨੂੰ ਸੁਣੋ, ਜਮਲਾ ਜੀ ਦੀ ਉਹਦੀ ਯਾਦ, ਉਹ ਵੀ ਕੋਈ ਨਹੀਂ ਦਰਸ਼ਕਾਂ ਦੇ ਮੋਹਰੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਆ ਮੈਂ, ਮੇਰਾ ਬੜਾ ਯਾਰ ਆ, ਹਾਂਜੀ ਬਸ ਬਸ ਤੇ ਵਧੀਆ। ਔਰ ਠੀਕ ਹੈ, ਅੱਛਾ ਤੁਹਾਡਾ ਫਿਰ ਤੁਸੀਂ ਉਸਤਾਦ ਫਿਰ ਜਿਹੜਾ ਧਾਰਿਆ, ਤੁਸੀਂ ਕੀ ਕਹਿੰਦੇ ਆ ਕਿ ਜੇ ਤੋਂ ਵੀ ਸਿੱਖਣ ਨੂੰ ਮਿਲ ਗਿਆ? ਹਾਂਜੀ ਨਹੀਂ, ਆਪਣੇ ਜਗਦੀਸ਼ ਰਾਏ ਦਾਦਰਾ ਤਾਂ ਮੈਂ ਫਿਰ ਵੀ ਧੰਨਵਾਦ ਇਸ ਕਰਕੇ ਹਮੇਸ਼ਾ ਅੱਛਾ, ਕਰਦਾ ਹੁੰਦਾ, ਹਾਂ, ਕਿਉਂਕਿ ਉਹਨੇ ਇਸ ਚੀਜ਼ ਦੀ ਸੇਧ ਦਿੱਤੀ, ਕਿਉਂਕਿ ਜਿਹੜੀ ਸਟਾਰਟਿੰਗ ਤੁਹਾਨੂੰ ਨਾ ਪਹਿਲੀ ਪੌੜੀ ਤੇ ਸਟੈਪ ਰੱਖਣ ਨੂੰ ਜਗ੍ਹਾ ਮਿਲੇ, ਹਾਂਜੀ, ਉਹ ਬਹੁਤ ਵੱਡੀ ਰੱਖਦੀ, ਮੈਂ ਉਸ ਚੀਜ਼ ਦਾ ਨਹੀਂ ਯਾਦ ਭੁਲਾਉਂਦਾ ਹੁੰਦਾ, ਕੀ ਬਾਤ ਹੈ, ਬਹੁਤ ਵਧੀਆ ਗੱਲ ਹੈ, ਕਿਉਂਕਿ ਇਸ ਪਹਿਲੀ ਕਰਕੇ ਪੌੜੀ ਤੇ ਜਿਹੜਾ ਪੈਰ ਰੱਖਣਾ ਸਭ ਤੋਂ ਵੱਡੀ ਉਹੀ ਗੱਲ ਆ, ਫਿਰ ਹੀ ਉੱਪਰ ਰੱਖਣਾ, ਹਾਂਜੀ ਫਿਰ ਹੈ, ਫਿਰ ਅੱਛਾ ਜਦੋਂ ਸਾਨੂੰ ਉਹਨਾਂ ਇਕਬਾਲ ਨੇ, ਹੁਸੈਨ ਜੀ ਜਦੋਂ ਸਿਖਾਉਂਦੇ ਹੁੰਦੇ ਸੀਗੇ, ਹਾਂ, ਫਿਰ ਉਹਨੇ ਖੁਸ਼ ਹੋ ਜਾਣਾ ਜਦੋਂ ਬਰੀਕੀਆਂ ਦੇ ਵਿੱਚ ਖੁੱਭ ਜਾਣਾ, ਹਾਂ, ਫਿਰ ਉਹਨੇ ਇਦਾਂ ਗੱਲਾਂ ਕਰਦਿਆਂ 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 ਇਦਾਂ ਵੀ ਉਹ ਲਾਈਨ ਹੀ ਨਹੀਂ ਸੀ ਟੁੱਟਦੀ ਹੁੰਦੀ, ਜਦੋਂ ਸੰਗੀਤ ਦੇ ਬਾਰੇ ਉਹਨਾਂ ਨੂੰ ਜਿੱਦਾਂ ਕਹਿ ਦਈਏ ਉਹਨੂੰ ਸੰਗੀਤ ਬਾਰੇ ਨੌਲੇਜ ਬਹੁਤ ਸੀ, ਨੌਲੇਜ ਬਹੁਤ ਸੀ, ਫਿਰ ਜਦੋਂ ਸਾਨੂੰ ਦੇਖੋ ਜੀ ਉਹੀ ਦੇ ਸਕਦਾ ਸਿੱਖਿਆ ਜਿਹਨੂੰ ਆਪ ਨੌਲੇਜ ਹੋਵੇ, ਜਿਹਨੂੰ ਆਪ ਨੌਲੇਜ ਨਾ ਹੋਵੇ ਤਾਂ ਉਹ ਸਗਾ ਲੈ ਕਾ ਕੀ, ਹੈਨਾ, ਇਸ ਕਰਕੇ ਵੀ। ਤੇ ਫਿਰ ਬਾਕੀ ਤੁਸੀਂ ਰਿਕਾਰਡ ਵੈਸੇ ਜਦੋਂ ਕਿ ਤੁਹਾਡੇ ਕਿੰਨੇ ਕੁ ਰਿਕਾਰਡ ਹੋ ਗਏ ਹੁਣ ਤੱਕ? ਮੈਂ ਗਿਣਤੀ ਤਾਂ ਨਹੀਂ ਕੀਤੀ, ਕਾਫੀ ਤਾਂ ਜਿਹੜੇ ਨਹੀਂ ਵੀ ਆਏ ਸੀਗੇ, ਸਟਾਰਟਿੰਗ ਵਿੱਚ ਮੈਨੂੰ ਪ੍ਰੋਬਲਮ ਪਈ ਸੀ, ਕਾਫੀ ਸੀਗੇ ਜਿਹੜੇ ਨਹੀਂ ਆ ਅੱਛਾ ਸਕੇ ਸੀ ਕਿਸੇ ਕਾਰਨ ਕਰਕੇ, ਹਾਂ,
ਤੇ ਪੈਸਾ ਵੀ ਕਾਫੀ ਸਪੈਂਡ ਕੀਤਾ ਸੀ ਤੇ ਪਰ ਉਹ ਰੀਜ਼ਨ ਇਦਾਂ ਹੁੰਦਾ ਵੀ ਕਈ ਵਾਰੀ ਹੈਂਡਓਵਰ ਕੋਈ ਹੋਰ ਕਰ ਜਾਂਦਾ ਤਾਂ ਫਿਰ ਉਹ ਨਾ ਕੁਛ ਆਪ ਕਰਨਾ ਚਾਹੁੰਦਾ ਨਾ ਅਗਲੇ ਨੂੰ ਕਰਨ ਦਿੰਦਾ, ਨਾ ਉਹ ਕਰਨ ਚੀਜ਼ ਹੁੰਦੀ, ਦਿੰਦਾ, ਖਰਚਾ ਕਰਾਤਾ ਲੱਤ ਸੀ ਮੇਰਾ। ਖਿੱਚਣ ਵਾਲੇ ਤਾਂ ਬਹੁਤ ਹਾਂਜੀ ਹੁੰਦੇ ਹਾਂਜੀ, ਹੈ, ਤੇ ਹੁਣ ਵੈਸੇ ਕਾਫੀ ਹੋ ਗਏ ਮੇਰੇ ਖਿਆਲ 2-2.5 ਸੌ ਮੈਂ ਕਹਿ ਸਕਦਾ। ਕੀ ਬਾਤ ਹੈ, ਅੱਛਾ ਹਾਂਜੀ ਹਾਂਜੀ ਨਿੱਕ ਹੋ ਗਿਆ ਮੇਰਾ। ਵਾਹ ਜੀ ਵਾਹ। ਔਰ ਕੋਈ ਆਈਡੀਆ ਹੈਗਾ ਕਿ ਕਦੋਂ ਕਿ ਰਿਕਾਰਡਿੰਗ ਤੁਹਾਡੀ ਜਿਹੜੀ ਰਿਕਾਰਡ ਹੋਇਆ ਸੀ, ਕਿਹੜੇ ਸਨ ਦੇ ਵਿੱਚ ਪਹਿਲਾ ਰਿਕਾਰਡ ਤੁਹਾਡਾ ਹੋਇਆ ਹੈ? ਪਹਿਲਾਂ 2000 ਮਿਲੇਨੀਅਮ ਜਦੋਂ ਕਹਿੰਦੇ ਸੀ, 2000 ਦੇ ਵਿੱਚ? 2000 ਦੇ ਵਿੱਚ ਅਸੀਂ ਪੂਰੀ ਕੀ ਇੱਕ ਸੈੱਟ ਬਾਤ ਹੈ, ਤਿਆਰ ਕੀਤੀ ਸੀ। ਮਿਲੇਨੀਅਮ ਦੇ ਵਿੱਚ ਬਹਿ ਜਾ ਬਹਿ ਹਾਂਜੀ, ਕਰਾਤੀ। ਇਹਦੇ 4 ਗੀਤ ਤੇ 6-8 ਗੀਤਾਂ ਦੀ ਸੀ, ਛੇ ਹਾਂਜੀ, ਗੀਤ ਗਾਣੇ ਸੀ, ਇੱਕ ਇੱਕ ਸੋਲੋ ਆਈਟਮ ਸੀ, ਓਹੋ ਮੈਂ ਤੁਹਾਨੂੰ ਇਹ, ਉਹ ਹੀ ਨਹੀਂ ਸੀ ਆਈ ਆ ਸਕੀ ਸਾਡੀ ਟੀਮ ਅੱਛਾ, ਕਿਸੇ ਕਾਰਨ ਕਰਕੇ ਇਹ ਹੋ ਮੈਂ ਗਿਆ। ਤੁਹਾਨੂੰ ਸਗਾ ਪੁੱਛਣ ਲੱਗਾ ਸੀ ਕਿ ਤੁਸੀਂ ਦੋ ਗਾਣਾ ਗਾਇਆ ਕਿਸੇ ਲੇਡੀ ਸਿੰਗਰ ਦੇ ਨਾਲ ਵੀ, ਜਾਂ ਹਾਂਜੀ ਕਿ ਇਕੱਲੇ ਗਾਉਂਦੇ ਤੁਸੀਂ ਸੋਲੋ? ਨਹੀਂ, ਜ਼ਿਆਦਾ ਕਰਕੇ ਮੈਂ ਲੇਡੀਜ਼ ਸਿੰਗਰ ਨਾਲ ਗਾਇਆ ਜ਼ਿਆਦਾ ਗਾਇਆ? ਕਰਕੇ। ਹਾਂਜੀ, ਅੱਛਾ, ਇਕੱਲਿਆਂ ਦੇ ਵੀ ਮੇਰੇ ਕਾਫੀ ਹੈ ਕਿ ਪਰ ਜ਼ਿਆਦਾ ਮੈਨੂੰ ਮਹਿਸੂਸ ਹੁੰਦਾ ਹੁੰਦਾ ਕਿ ਜੇ ਅਗਰ ਮੈਂ ਗਾਵਾਂ ਤਾਂ ਕੁਛ ਹੱਦ ਤੱਕ ਮੈਂ ਖਰਾ ਉਤਰ ਸਕਣ ਦੀ ਹਾਂ ਕੋਸ਼ਿਸ਼ ਕਰੂੰ ਕਰ ਸਕਦਾ। ਹਾਂ ਹਾਂਜੀ, ਪਰ ਇਹ ਘੱਟ ਗਾਇਆ ਜਿੱਦਾਂ, ਇਹ ਵੀ ਕੋਈ ਚਾਂਸ ਨਹੀਂ ਨਾ ਬਣ ਸਕਿਆ। ਤੇ ਉਦਾਂ ਲੇਡੀਜ਼ ਇੱਕ ਦਿਨ ਮੈਂ ਕਾਊਂਟ ਕਰਨ ਲੱਗਾ, 20-22 ਲੇਡੀਜ਼ ਸੀਗੀਆਂ ਜਿਨ੍ਹਾਂ ਦੇ ਅੱਛਾ, ਨਾਲ ਮੈਂ ਗਾ ਚੁੱਕਾ ਜਿਹਨਾਂ ਨਾਲ ਗਾ ਸਟੇਜ ਦੇ ਚੁੱਕੇ ਹੋ? ਉੱਪਰ। ਹਾਂਜੀ, ਵਾਹ ਵੇ ਵਾਹ। ਅੱਛਾ, ਹਾਂਜੀ, ਸਟੇਜ ਦੇ ਉੱਪਰ ਤੇ ਰਿਕਾਰਡਿੰਗ ਵੀ ਹੋਈ ਹੈ? ਹੁਣ ਸਾਡੇ ਕੋਲ ਹੁੰਦੀ ਨਹੀਂ, ਸਾਨੂੰ ਇਦਾਂ ਦਾ ਹੁੰਦਾ ਨਹੀਂ ਸੀ ਵੀ ਰਿਕਾਰਡਿੰਗ ਹੋਵੇ ਸਾਡੇ ਕੋਲ ਆਵੇ ਜਾਂ ਉਹਨੂੰ ਦੇਖੀਏ। ਅੱਛਾ, ਹਾਂਜੀ, ਇਦਾਂ ਹੈ ਨਹੀਂ ਸੀ ਸਾਡੇ ਠੀਕ ਮਨ 'ਚ। ਹੈ ਠੀਕ ਹੈ, ਬਸ ਉਸੇ ਲੋਕ ਰਿਕਾਰਡਿੰਗ ਵੀ ਭਲਾਈ, ਘੱਟ ਹੁੰਦੀ ਹੁੰਦੀ ਸੀ। ਲੋਕ ਭਲਾਈ ਕਰਦੇ ਰਹੇ ਪਏ ਆ। ਹਾਂਜੀ, ਇਦਾਂ ਵੀ ਕਹਿ ਸਕਦੇ ਹਾਂ, ਕਹਿ ਸਕਦੇ ਹਾਂ, ਕਿਉਂ ਨਹੀਂ ਕਿਉਂ ਨਹੀਂ। ਅਤੇ ਬਾਕੀ ਅੱਛਾ, ਇਹ ਤਾਂ ਗੱਲ ਹੋਈ ਤੁਹਾਡੀ ਗਾਉਣ ਦੀ, ਹੋ ਗਈ ਜੀ। ਤੁਸੀਂ ਲਿਖਦੇ ਵੀ ਬੜਾ ਵਧੀਆ, ਤੁਸੀਂ ਗੀਤ ਕੇ ਲਿਖੇ ਵੀ ਆ ਆਪ, ਜੀ ਕੋਸ਼ਿਸ਼ ਕੀਤੀ ਮੈਨੂੰ ਸੀ, ਸੁਣਨ ਦੇ ਵਿੱਚ ਕੋਸ਼ਿਸ਼ ਮੈਨੂੰ ਕੀਤੀ ਆਏ ਸੀ। ਆ, ਮੈਂ ਹਾਂਜੀ ਦੇਖੇ ਆ ਜੀ ਜੀ ਔਰ ਇਹ ਜਿਹੜਾ ਲਿਖਣ ਦਾ ਹੁਨਰ, ਇਹ ਕਿੱਥੋਂ ਪੈਦਾ ਹੋਇਆ, ਕਿੱਥੋਂ ਇੰਸਪਾਇਰ ਹੋਏ ਤੁਸੀਂ? ਬੜਾ ਵੱਡਾ ਕੁਐਸਚਨ, ਮੈਂ ਕਦੇ ਤਾਂ ਸੋਚਿਆ ਨਹੀਂ। ਮੈਂ ਐਕਚੁਅਲੀ ਜਦੋਂ ਨਾ ਆਪਣੇ ਚੰਨ ਸਾਹਿਬ ਇੰਨਾ ਸੋਹਣਾ ਲਿਖਦੇ ਆ, ਹਾਂਜੀ, ਚੰਨ ਜੰਡਿਆਲ ਵੀ, ਚੰਨ ਜੰਡਿਆਲ ਵੀ ਹਾਂਜੀ ਸਾਹਿਬ ਦੀ ਗੱਲ ਹਾਂਜੀ, ਕਰਦੇ, ਉਹ ਇੰਨਾ ਸੋਹਣਾ ਲਿਖਦੇ, ਪਰ ਜਦੋਂ ਗੱਲ ਕਰਦੇ ਆ ਨਾ ਹਾਂ ਤਾਂ ਤੁਹਾਨੂੰ ਲੱਗਣ ਲੱਗ ਪੈਂਦਾ ਵੀ ਕੁਛ ਕਰ ਸਕਦੇ ਆ ਤੁਸੀਂ ਵੀ। ਵਾਹ, ਉਹਨਾਂ ਦੀ ਗੱਲ ਕਰਨ ਦਾ ਇੰਨਾ ਅੰਦਾਜ਼ ਹੈ। ਹਾਂ, ਉਹਨਾਂ ਕੁਛ, ਨਾਲ ਹਾਂਜੀ ਉਹ ਕਹਿੰਦੇ ਜਿਹੜੀ ਮੈਂ ਇੱਕ ਵਾਰੀ ਚੀਜ਼ ਪੇਪਰ ਤੇ ਲਿਖ ਦਿੰਦਾ ਨਾ, ਹਾਂਜੀ, ਕਹਿੰਦੇ ਮੈਂ ਹੁਣ ਮੁੜ ਕੇ ਕਦੀ ਢਾ ਕੇ ਨਹੀਂ ਲਿਖਿਆ, ਕਹਿੰਦੇ ਪਤਾ ਨਹੀਂ ਇਹੋ ਜਿਹੀ ਗੱਲ ਬਣ ਗਈ ਆ ਇਦਾਂ ਹੀ ਤੇ ਮੈਂ ਸੱਚ ਹੈ ਜੀ, ਉਹੀ ਲਿਖ ਦਿੰਦਾ। ਇਦਾਂ ਹੀ ਜੀ, ਸੱਚ। ਅੱਛਾ, ਬਜਾਣੀ ਤੁਸੀਂ ਉਹਨਾਂ ਤੋਂ ਇੰਸਪਾਇਰ ਹੋ ਕੇ ਇਦਾਂ, ਲਿਖਣਾ ਸ਼ੁਰੂ ਕਰ ਹਾਂਜੀ ਹਾਂਜੀ ਦਿੱਤਾ? ਮੈਂ ਆਪਣੇ ਆਪ ਇੱਦਾਂ ਕਈ ਵਾਰ ਸੋਚਦਾ ਹੁੰਦਾ, ਅੱਛਾ, ਅੱਜ ਅਚਾਨਕ ਮੈਨੂੰ ਪਤਾ ਨਹੀਂ ਸੀ ਤੁਸੀਂ ਇਹ ਗੱਲ ਪੁੱਛਣੀ ਪਈ ਮੇਰੇ ਮਨ ਦੀ ਗੱਲ। ਤੇ ਠੀਕ, ਇਹਦਾ ਮਤਲਬ ਫਿਰ ਤੁਸੀਂ ਲਿਖ, ਤੁਸੀਂ ਉਹ ਤਾਂ ਤੁਸੀਂ ਕਹਿ ਦਿੱਤਾ ਕਿ ਮੈਂ ਗਾਉਣ ਦੇ ਵਿੱਚ ਤਾਂ ਮੈਂ ਦਾਣਾ ਦਾਣਾ 'ਚ ਹੋ ਗਿਆ ਜੀ ਜੀ ਕਦੀ ਕਿਸੇ ਤੋਂ, ਜਿਹੜੇ ਤੋਂ ਵੀ ਤੁਸੀਂ ਸਿੱਖਦੇ ਆ ਨਾ, ਜਿਹਨੂੰ ਸੁਣ ਲੈਂਦੇ ਆ ਵੀ ਤੁਸੀਂ ਉਹ ਤੋਂ ਕੁਛ ਨਾ ਕੁਛ ਸਿੱਖਦੇ ਸਿੱਖਦੇ ਹਾਂਜੀ ਬਿਲਕੁਲ। ਅਤੇ ਲਿਖਣ ਵਿੱਚ ਵੀ ਇਹ ਚੀਜ਼ ਆ, ਲਿਖਣ ਵਿੱਚ ਵੀ ਨਹੀਂ, ਪਰ ਲਿਖਣ ਵਿੱਚ ਤੁਹਾਡੇ ਅੰਦਰੋਂ ਆਵਾਜ਼ ਆਉਣੀ ਚਾਹੀਦੀ ਕਿ ਤੁਸੀਂ ਕੀ ਸੋਚਦੇ ਆ, ਤੁਹਾਡੀ ਸੋਚ 'ਤੇ ਬਹੁਤ ਨਿਰਭਰ ਕਰਦਾ। ਆਵਾਜ਼ ਤਾਂ ਆ ਜਾਂਦੀ ਆ, ਆਵਾਜ਼ ਆ ਜਾਂਦੀ, ਪਰ ਉਹਨੂੰ ਮੋਤੀਆਂ ਦੇ ਵਿੱਚ ਪਰੋਣਾ ਜਿਹੜਾ ਉਹ ਇੱਕ ਵੱਖਰੀ ਗੱਲ। ਉਹ ਵੱਖਰੀ ਗੱਲ। ਇੱਕ ਤੁਹਾਡਾ ਗੀਤ ਸੀ ਬਹੁਤ ਮੇਰੇ ਸੁਣ 'ਚ ਆਇਆ, ਹੋਰ ਹੋ ਨਹੀਂ ਸਕਦਾ, ਮੇਰਾ ਕਿਹਾ ਬਾਬਾ ਅੰਬੇਦਕਰ ਬਾਰੇ ਲਿਖਿਆ ਜੀ ਦਾ ਜੀ, ਹੈ ਹਾਂਜੀ ਸੀ ਨਾ ਇਹ ਤੁਹਾਡਾ ਗੀਤ, ਹਾਂਜੀ ਹਾਂਜੀ ਹਾਂਜੀ, ਬੜਾ ਜ਼ਬਰਦਸਤ ਗੀਤ ਸੀ, ਬਹੁਤ ਸੋਹਣਾ। ਮੈਂ ਕਹਿੰਦਾ ਇੰਨਾ ਕੂਲ ਹੋਇਆ ਉਹ ਗੀਤ, ਔਰ ਯੂਟਿਊਬ ਦੇ ਉੱਤੇ ਇੰਨਾ ਚੜਿਆ ਉਹ, ਵਾਕਈ ਉਹਨਾਂ ਵਰਗਾ ਕੋਈ ਹੋ ਵੀ ਨਹੀਂ ਨਹੀਂ ਹੋ ਸਕਦਾ। ਨਹੀਂ ਸਕਦਾ, ਤੇਰੇ ਬਿਨ ਹਮਦਰਦੀ ਸਾਡਾ ਹੋਰ ਨਹੀਂ ਕੋਈ ਹੋ ਸਕਦਾ। ਹਾਏ ਹਾਏ ਹਾਏ, ਕੀ ਬਾਤ ਹੈ, ਬਹੁਤ ਜ਼ਬਰਦਸਤ ਦੇ ਲਫ਼ਜ਼ ਜੀ। ਇਹ ਲਾਲ ਸਾਹਿਬ ਨੇ ਲਿਖਿਆ ਸੀ, ਇਸ ਵੇਲੇ ਦੁਨੀਆ ਵਿੱਚ ਨਹੀਂ, ਅੱਛਾ, ਪਰ ਰਿਕਾਰਡ ਮੈਂ ਬਾਅਦ 'ਚ ਕਰਾਇਆ, ਪਰ ਮੈਂ ਉਹਨਾਂ ਦਾ ਨਾਮ ਫਿਰ ਵੀ ਉਸੇ ਤਰ੍ਹਾਂ, ਮੈਨੂੰ ਇਹ ਨਹੀਂ ਮਹਿਸੂਸ ਹੋਇਆ ਕਿ ਉਹ ਮੈਂ ਇੱਥੇ ਨਾਮ ਭਰਾਂ ਵੱਖਰਾ, ਪਰ ਮੈਂ ਨਾਮ ਉਹਨਾਂ ਦੇ ਵਰਕਰ ਜਿੱਦਾਂ ਉਹਨਾਂ ਨੂੰ ਹੀ ਪੈ ਉਹਨਾਂ ਦਾ ਲਿਖਿਆ, ਤੇ ਉਸੇ ਤਰ੍ਹਾਂ ਉਹਨਾਂ ਦਾ ਨਾਮ ਵਿੱਚ ਹੋ ਰਿਹਾ ਆਇਆ। ਗਿਆ। ਕੀ ਬਾਤ ਹੈ, ਬਹੁਤ ਅੱਛੀ ਗੱਲ ਹੈ। ਔਰ ਬਾਕੀ ਮੈਂ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਕਿਹੜਾ ਪਿਆਰਾ ਗੀਤ ਹੈ, ਕਿਉਂਕਿ ਮਾਂ ਨੂੰ ਸਾਰੇ ਬੱਚੇ ਪਿਆਰੇ ਹੁੰਦੇ ਆ, ਜੀ ਹੈ ਨਾ, ਅਤੇ ਤੁਹਾਡੇ ਦਿਲ ਦੇ ਕੋਈ ਨਜ਼ਦੀਕ
ਕਿਹੜਾ ਗੀਤ ਹੈ ਜਿਹੜੇ ਕਿ ਤੁਸੀਂ ਚਾਰ ਕੁ ਬੋਲੋ ਦੇ ਕਿਤੇ ਦਰਸ਼ਕਾਂ ਨੂੰ ਸੁਣਾ ਦਿਓ, ਜੇ ਤੁਹਾਡੇ ਦਿਲ ਦੇ ਨਜ਼ਦੀਕ ਆ ਕੋਈ, ਭਾਵੇਂ ਦੋ ਲਫ਼ਜ਼ ਹੀ ਸੁਣਾ ਦਿਓ, ਵੀ ਉਹ ਮੈਨੂੰ ਬਹੁਤ ਚੰਗਾ ਲੱਗਦਾ ਹੈ। ਮੈਂ ਚਮਕੀਲਾ ਸਾਹਿਬ ਦੇ ਤੁਹਾਨੂੰ ਸੁਣਾ ਦਿੰਦਾ। ਕਿਆ ਬਾਤ ਹੈ, ਸੁਣਾ ਮੇਰੇ ਦਿਓ। ਤਾਂ ਮੈਨੂੰ ਤਾਂ ਖੈਰ ਜੇ ਇਹ ਤਾਂ ਬਹੁਤ ਮਸ਼ਹੂਰ ਜਦੋਂ ਲੋਕ ਹੁੰਦੇ ਨਾ ਉਹਨਾਂ ਨੂੰ ਕੁਐਸਚਨ ਬਹੁਤ ਵਧੀਆ ਲੱਗਦਾ, ਪਰ ਤੁਹਾਨੂੰ ਸਾਡੇ ਸਾਡੇ ਵਰਗੇ ਵਾਸਤੇ ਤੁਸੀਂ ਤੁਸੀਂ ਬਹੁਤ ਸਾਡੇ ਮਸ਼ਹੂਰ ਲਈ ਬਹੁਤ ਅਸੀਂ ਮਸ਼ਹੂਰ ਅਸੀਂ ਐਕਚੁਅਲੀ ਹਜੇ ਉਸ ਮੁਕਾਮ ਤੇ ਸ਼ਾਇਦ ਕੋਸ਼ਿਸ਼ ਹੈਗੀ ਜੇ ਕਿਆ ਬਾਤ ਹੈ, ਬਾਕੀਆਂ ਚਾਹਣ ਵਾਲਿਆਂ ਚਾਹ ਤਾਂ ਹੈ ਪਹੁੰਚਾਂਗੇ, ਜੀ ਹੈ ਸਾਡੇ ਅਜੇ ਸਾਡੀ ਮੰਜ਼ਿਲ ਬਹੁਤ ਲੰਬੀ ਸਾਡੀ ਲੱਗੀ। ਨਜ਼ਰ ਦੇ ਵਿੱਚ ਤੁਸੀਂ ਹੈ। ਥੈਂਕ ਯੂ ਜੀ। ਹਾਂਜੀ ਇਹ ਚਮਕੀਲਾ ਸਾਹਿਬ ਦਾ ਗੀਤ ਹੈ ਤੇ ਹਾਂਜੀ ਹੈਗਾ ਢਾਈ ਦਿਨ ਦੀ ਪਰੌਣੀ ਇੱਥੇ ਤੂੰ ਐਵੇਂ ਨਾ ਜਿੰਦੇ ਮਾਨ ਕਰ। ਕਿਆ ਬਾਤ ਹੈ, ਕਿਆ ਬਾਤ ਹੈ। ਢਾਈ ਦਿਨ ਦੀ ਪਰੌਣੀ ਇੱਥੇ ਤੂੰ ਐਵੇਂ ਨਾ ਜਿੰਦੇ ਮਾਣ ਕਰੀ, ਉੱਠ ਕੱਤ ਲੈ ਨੀ ਉੱਠ ਕੱਤ ਲੈ ਸਵਾ ਸਵਾਲੀ ਰੂੰ, ਐਵੇਂ ਨਾ ਜਿੰਦੇ ਮਾਣ ਕਰੀ, ਅੱਜ ਤੱਕ ਇੱਥੇ ਕੋਈ ਨਾ ਟਿਕਿਆ ਨੀ ਕੀ ਰਾਜਾ ਕੀ ਰਾਣਾ, ਪੰਛੀ ਦੇ ਪਰਛਾਵੇਂ ਵਾਂਗੂ ਇੱਕ ਦਿਨ ਤੈ ਢਲ ਜਾਣਾ, ਸੱਚੇ ਕੰਮ ਨੂੰ ਕਹੇ ਨਾ ਕਦੇ ਹੂੰ, ਐਵੇਂ ਨਾ ਜਿੰਦੇ ਮਾਣ ਕਰੀ ਨੀ, ਐਵੇਂ ਨਾ ਜਿੰਦੇ ਮਾਣ ਕਰੀ। ਵਾਹ ਜੀ ਵਾਹ, ਕੀ ਬਾਤ ਹੈ, ਬਹੁਤ ਅੱਛੇ, ਬਹੁਤ ਖੂਬ। ਇਹ ਗੀਤ ਜਿਹੜਾ ਤੁਸੀਂ ਹੁਣੇ ਗਾਇਆ, ਅਮਰ ਸਿੰਘ ਚਮਕੀਲਾ ਜੀ ਦਾ ਗੀਤ, ਬਹੁਤ ਜ਼ਿਆਦਾ ਇਹ ਮਸ਼ਹੂਰ ਹੋਇਆ ਸੀ। ਹਾਂਜੀ ਜਦੋਂ ਲਾਓ ਤੁਸੀਂ ਯੂਟਿਊਬ 'ਤੇ ਜਾਓ, ਉੱਥੇ ਬੜੇ ਚੱਲਦੇ ਸੀ ਪਹਿਲੇ ਜਦੋਂ ਗੀਤ, ਉਦੋਂ ਯੂਟਿਊਬ ਨਹੀਂ ਸੀ ਜਦੋਂ ਇਹ ਗੀਤ ਅਸੀਂ ਸੁਣਿਆ ਕਰਦੇ ਸੀ। ਬਹੁਤ ਵਧੀਆ ਉਹਨਾਂ ਦਾ ਗੀਤ ਆ, ਔਰ ਤੁਸੀਂ ਵੀ ਬਹੁਤ ਚੰਗੀ ਤਰ੍ਹਾਂ ਗਾਇਆ, ਬੜਾ ਅੱਛਾ ਲੱਗਿਆ। ਔਰ ਤੁਸੀਂ, ਤੁਹਾਡਾ ਕੋਈ ਹੁਣ ਗੀਤ ਨਵਾਂ ਆ ਰਿਹਾ ਕੋਈ? ਹਾਂਜੀ ਆ ਰਿਹਾ, ਕਿਹੜਾ ਗੀਤ? ਹੁਣ ਆ ਰਿਹਾ ਦਿਓਰ ਭਾਬੀ ਦਾ ਗੀਤ ਆ ਰਿਹਾ। ਅੱਛਾ ਜੀ। ਉਹ ਦਿਓਰ ਕਹਿ ਰਿਹਾ ਆਪਣੀ ਭਾਬੀ ਨੂੰ, ਕੁਆਰਾ ਹੁੰਦਾ ਨਾ, ਅੱਛਾ ਭਾਬੀ ਇਹ ਦਿਓਰ ਤੇਰਾ ਕਦੋਂ ਲਊਗਾ ਨਾਮ। ਹਾਂ ਹਾਂਜੀ, ਇਹਦੇ ਨਾਲ ਲੇਡੀਜ਼ ਸਿੰਗਰ ਹੈਗੀ ਇੰਡੀਆ ਤੋਂ, ਅੱਛਾ ਆਰ ਕੌਰ, ਬਹੁਤ ਵਧੀਆ ਬੁਲੰਦ ਆਵਾਜ਼ ਹੈ ਉਹਨਾਂ ਦੀ। ਹਾਂ, ਜਦੋਂ ਤੁਸੀਂ ਇੰਡੀਆ ਤੋਂ ਲੇਡੀ ਸਿੰਗਰ ਆ, ਕੀ ਉਹ ਇੱਥੇ ਆਏ ਸਨ ਜਾਂ ਤੁਸੀਂ ਜਾ ਕੇ ਰਿਕਾਰਡਿੰਗ ਕਰਵਾਈ ਸੀ? ਨਹੀਂ ਮੈਂ ਇੱਥੋਂ ਕਰਦੀ ਸੀ, ਉਹਨੇ ਉੱਥੋਂ ਕਰਦੀ। ਅੱਛਾ ਹਾਂਜੀ, ਆਪਣੇ ਦਾ ਸੰਬੰਧ ਹੈਗੇ ਉੱਥੇ, ਹਾਂਜੀ ਆਪਣੇ ਹਰੀ ਅਮਿਤ ਜੀ ਹੁਣੀ, ਮਤਲਬ ਉਹਨਾਂ ਦਾ ਸਟੂਡੀਓ ਹੈਗਾ, ਹਾਂਜੀ ਵੀਡੀਓ ਵਗੈਰਾ A to Z ਸਾਰਾ ਇਹੋ ਕੰਮ ਸਟੂਡੀਓ 'ਚ ਕਰਦੇ ਆ। ਠੀਕ ਹੈ, ਤੁਸੀਂ ਇਧਰੋਂ ਆਪਣੀ ਅਸੀਂ ਆਪਣੇ ਬੋਲ ਵੋਕਲ ਦਿੱਤੇ ਆ, ਸੈਂਡ ਕਰੀਦੇ। ਹਾਂਜੀ ਉਹਨਾਂ ਨੇ ਉਧਰੋਂ ਕਰ ਉਹਨਾਂ ਨੇ ਦਿੱਤੇ ਉਧਰੋਂ, ਤਾਂ ਫਿਰ ਉਹਨਾਂ ਨੇ ਆਪਣੇ ਆਪ ਕਰ ਦਿੱਤਾ ਜੋ ਵੀ, ਹਾਂਜੀ ਹੈ ਨਾ। ਹਾਂਜੀ, ਬਹੁਤ ਬੜੀ ਵਧੀਆ ਗੱਲ ਹੈ। ਅੱਛਾ, ਇਹ ਰਿਕਾਰਡ ਤੁਹਾਡਾ ਨਵਾਂ ਆ ਰਿਹਾ? ਹਾਂਜੀ ਹਾਂਜੀ। ਅੱਛਾ, ਐਨੀ ਆਈਡੀਆ ਕਦੋਂ ਪਾਏਗਾ ਇਹ? ਇੱਕ ਹਫਤਾ, ਤੁਸੀਂ 2 ਹਫਤੇ ਦੇ ਦਿਓ, ਬਸ 2 ਹਫਤੇ। ਅੱਛਾ, 2 ਹਫਤਿਆਂ ਵਿੱਚ ਆ ਜਾਏਗਾ? ਹਾਂਜੀ। ਅੱਛਾ, ਦੈਟਸ ਵੈਰੀ ਗੁੱਡ। ਕੰਨ ਖੋਲ ਕੇ ਸੁਣ ਲੈ ਭਾਬੀ ਸੱਚੀਆਂ ਹੱਕ ਸੁਣਾਵਾਂ, ਜੇ ਮੈਂ ਬੋਲਾਂ ਝੂਠ ਭਾਬੀ ਇਹ ਦਿਨ ਆਈਓ ਮਰ ਜਾਵਾਂ, ਨੀ ਦੱਸਣੀ ਦਿਓਰ ਤੇਰਾ ਕਦੋਂ ਲਊਗਾ ਲਾਵਾਂ, ਨੀ ਦੱਸਣੀ ਦਿਓਰ ਤੇਰਾ ਕਦੋਂ ਲਊਗਾ ਲਾਵਾਂ। ਅਤੇ ਜਾਣੀ ਕਿ ਪਹਿਲੇ ਰਿਕਾਰਡ ਤੁਹਾਡੇ ਤੋਂ ਆਪ ਤੁਸੀਂ ਕਹਿ ਚੁੱਕੇ ਵੀ 250 ਤੋਂ ਪਹਿਲੇ ਹੋ ਚੁੱਕਾ ਆ, ਹਾਂਜੀ ਹੈ, ਅਤੇ ਜਾਣੀ ਕਿ ਇਹ ਹੋਰ ਜਾਣੀ ਵਧੇਗਾ, ਗਾਂਹ ਦੀ ਗਾਂ ਵੱਧਦੇ ਜਾਣਾ, ਹਾਲੇ ਖਰਾ ਕਿੰਨੇ ਕੁ 250 ਆਉਣੇ ਆ? ਹਾਂਜੀ ਹੈ, ਬਹੁਤ ਆਉਣੇ ਜੀ, ਐਸੀ ਕੋਈ ਗੱਲ ਨਹੀਂ। ਅਸੀਂ ਕਹਿੰਦੇ ਹੁੰਦੇ ਵੀ ਉਹ ਉੱਪਰ ਵਾਲੇ ਦਾ ਜਿਹੜਾ ਨਾ ਮੇਰ ਭਰਿਆ ਹੱਥ ਸਿਰ 'ਤੇ ਹੋਵੇ, ਤਾਂ ਇਹ ਅੱਗਾ ਬੰਦਾ ਗਾਂਹ ਦੀ ਗਾਂਹ ਹੀ ਚੱਲਦਾ, ਬੁਲੰਦੀਆਂ ਪਾਉਂਦਾ। ਤੁਸੀਂ ਸ਼ੋਅ ਰਹੇ ਹੋ ਔਰ ਤੁਸੀਂ ਕਾਫੀ ਬੁਲੰਦੀਆਂ ਤੱਕ ਚਲੇ ਗਏ ਹੋ, ਬਹੁਤ ਥੋੜੇ ਸਮੇਂ ਦੇ ਵਿੱਚ ਜੀ ਕਾਫੀ ਤੁਸੀਂ ਰਿਕਾਰਡਿੰਗ ਵੀ ਕਰਾਈ ਹੈ। ਹਾਂਜੀ, ਔਰ ਤੁਸੀਂ ਸਟੇਜਾਂ ਦੇ, ਤੁਹਾਡੇ ਪ੍ਰੋਗਰਾਮ ਜਿਹੜੇ ਬੜੇ ਲਾਜਵਾਬ ਹੁੰਦੇ ਆ,
ਕਿਉਂਕਿ ਜਿਹੜਾ ਲਾਈਵ ਪ੍ਰੋਗਰਾਮ ਆ ਔਖਾ ਲਾਈ ਦਾ ਬਾੜਾ ਨਹੀਂ ਹੁੰਦਾ, ਸਟੂਡੀਓ 'ਚ ਬਹਿ ਕੇ ਗਾਲਾਂ ਨਾਲ ਖੜ੍ਹ ਕੇ ਗਾਲਾਂ ਨਾਲ ਉਹ, ਅਤੇ ਜਾਂ ਫਿਰ ਕਿਉਂਕਿ ਉਹ ਘੱਟ ਵੱਧ ਵੀ ਹੋ ਜਾਂਦਾ। ਹਾਂਜੀ ਹਾਂਜੀ ਭਾਈ, ਅਤੇ ਜਦੋਂ ਤੁਸੀਂ ਲਾਈਵ ਕਰਦੇ ਹੋ ਉਹਦਾ ਨਜ਼ਾਰਾ ਹੀ ਬਣਦਾ। ਹਾਂਜੀ ਬਿਲਕੁਲ, ਹੈ ਉਹਦਾ ਨਜ਼ਾਰਾ ਵੱਖਰਾ ਹੀ ਜਦੋਂ ਇੱਥੇ ਆਪਣੇ ਮੇਲੇ ਹੁੰਦੇ ਆ, ਮੇਲੇ ਵੀ ਹੁੰਦੇ, ਜਦੋਂ ਦੀਵਾਲੀ ਦਾ ਮੇਲਾ ਹੁੰਦਾ ਤੁਹਾਨੂੰ ਉੱਥੇ ਵੀ ਸੁਣਨ ਦੀ ਚਾਂਸ ਮਿਲਿਆ ਔਰ ਬਹੁਤ ਵਧੀਆ ਲੱਗਦਾ ਹੁੰਦਾ ਉਹ ਵੀ। ਇੱਕ ਤੁਹਾਡਾ ਗੀਤ ਸੀਗਾ ਖਤ, ਹਾਂਜੀ ਉਹ ਵੀ ਤੁਹਾਡਾ। ਹਾਂਜੀ ਖਤ ਗੀਤ, ਅਨਪੜ੍ਹ ਮਾਪੇ ਖਤ ਲਿਖਣਾ ਨਾ ਆਵੇ। ਅੱਛਾ ਹਾਂਜੀ, ਇਹਦੇ ਵਿੱਚ ਆਰ ਜੇ ਜੋਤੀ ਹੋਣਾ ਨੇ ਵੀ ਬਹੁਤ ਵਧੀਆ, ਬਹੁਤ ਬਖੂਬੀ ਦੇ ਨਾਲ ਉਹਨੇ ਆਪਣਾ ਰੋਲ ਨਿਭਾਇਆ। ਅੱਛਾ ਜੀ, ਹਾਂਜੀ, ਅਤੇ ਮੈਂ ਦੋ ਲਾਈਨਾਂ ਇਹਦੀਆਂ ਵੀ ਸੁਣਾਦਾ ਤੁਹਾਨੂੰ। ਅਨਪੜ੍ਹ ਮਾਪੇ ਖਤ ਲਿਖਣਾ ਨਾ ਆਵੇ, ਛੱਡ ਗਿਆ ਸਾਨੂੰ ਯਾਦ ਵੱਡ ਵੱਡ ਖਾਵੇ। ਉਦੋਂ ਤਾਂ ਕਹਿੰਦਾ ਸੀ ਮਾਏ ਛੇਤੀ ਫੇਰਾ ਪਾਉਂ, ਹੁਣ ਹੋ ਗਿਆ ਤੈਨੂੰ ਕਈ ਸਾਲ ਵੇ। ਆ ਜਾ ਮੁੜ ਵਤਨਾਂ ਨੂੰ ਆ ਜਾ, ਆ ਕੇ ਦੇਖ ਲੈ ਤੂੰ ਮਾਪਿਆਂ ਦਾ ਹਾਲ ਵੇ। ਅਨਪੜ੍ਹ ਮਾਪੇ ਖਤ ਲਿਖਣਾ ਨਾ ਆਵੇ, ਬਾਪੂ ਤੇਰਾ ਜਾ ਕੇ ਜਦੋਂ ਬੋੜਾ ਥੱਲੇ ਬਹਿੰਦਾ, ਲੋਕੀ ਛੇੜਦੇ ਵੇ ਤੇਰੀਆਂ ਕਹਾਣੀਆਂ, ਪਤਾ ਵੀ ਨਾ ਲੱਗੇ ਕਦੋਂ ਰੋ ਪੈਂਦੀਆਂ ਨੇ ਤੇਰੇ ਬਾਪ ਦੀਆਂ ਅੱਖੀਆਂ ਨਿਮਾਣੀਆਂ। ਉਤੋਂ ਉਤੋਂ ਸਾਨੂੰ ਉਹ ਤਾਂ ਦਿੰਦਾ ਰਹਿ ਦਿਲਾਸਾ, ਵਿੱਚੋਂ ਵੱਜਦੀਆਂ ਤੇਰੇ ਵਿੱਚ ਤਾਰਵੇ। ਆ ਜਾ ਮੁੜ ਵਤਨਾਂ ਨੂੰ ਆ ਜਾ, ਆ ਕੇ ਦੇਖ ਲੈ ਤੂੰ ਮਾਪਿਆਂ ਦਾ ਹਾਲ ਵੇ। ਅਨਪੜ੍ਹ ਮਾਪੇ ਖਤ ਲਿਖਣਾ ਨਾ ਆਵੇ। ਚਮਕੀਲਾ ਜੀ, ਕਿਹਦਾ ਲਿਖਿਆ ਗੀਤ ਹੈ ਇਹ? ਦਾਸ ਦਾ ਲਿਖਿਆ ਗੀਤ ਹੈ ਜੀ। ਕਿਆ ਬਾਤ ਹੈ, ਦੇਖਿਆ ਕਿਆ ਬਾਤ। ਦੇਖੋ ਜੀ, ਚਮਕੀਲਾ ਜੀ ਦਾ ਗੀਤ ਆਪਣਾ ਲਿਖਿਆ ਆ ਔਰ ਬੜਾ ਵਧੀਆ। ਹਾਂਜੀ, ਪ੍ਰੇਮ ਚਮਕੀਲੇ ਖਤ ਪੜਦਾ ਹੀ ਮੁੜਿਆ ਵੀ, ਭਾਵੇਂ ਕੋਈ ਲੰਮੀ ਨਾ ਤਰੀਕ ਵੇ, ਕਾਮਾ ਤੈ ਚੂਰੀਆਂ ਪਾ ਭੈਣ ਵੀ ਨਿਮਾਣੀ, ਤੇਰੀ ਰੋਰੋ ਨਿਤ ਕਰਦੀ ਓੜੀ ਫੜੀਕ ਵੇ। ਕਿਆ ਪਿੰਡ ਸਾਰਾ ਤੇਰੇ ਬਿਨਾ ਸੁਣਾ ਸੁਣਾ ਜਾਪੇ, ਜਿੱਥੇ ਤੇਰੇ ਨਾਲ ਹੁੰਦੀ ਸੀ ਬਹਾਰ ਵੀ। ਆ ਜਾ ਮੁੜ ਵਤਨਾਂ ਨੂੰ ਆ ਜਾ, ਹਾਏ ਫਿਰ ਮਾਪਿਆਂ ਦਾ ਜ਼ਿਕਰ ਉੱਥੇ ਹੁੰਦਾ ਹੈ। ਕਿਆ ਬਾਤ, ਮਾਪਿਆਂ ਦਾ ਜ਼ਿਕਰ ਹੁੰਦਾ ਨਾ, ਜਿੱਥੇ ਮਾਪਿਆਂ ਦਾ ਜ਼ਿਕਰ ਹੋਵੇ ਨਾ ਉੱਥੇ ਵੀ ਮਨ ਭਰੇ ਜਾਂਦਾ। ਤੁਹਾਡਾ ਇੱਕ ਜਿਹੜਾ ਗੀਤ ਬੁਲਹਾਮਟਨ ਡਡਲੀ ਰੋਡ ਹੈ ਜੀ, ਉਹ ਗੀਤ ਜਿਹੜਾ ਬੜਾ ਮਸ਼ਹੂਰ ਹੋਇਆ, ਉਸ ਗੀਤ ਦੀਆਂ ਜੇਕਰ ਸਾਡੇ ਸਰੋਤਿਆਂ ਨੂੰ ਦੋ ਕਲਾਈਨਾਂ ਸੁਣਾ ਦਿੰਦੇ ਜੀ, ਸੁਣਾ ਦਿਓ ਤਾਂ ਕਿਆ ਬਾਤ। ਉਹਨੇ ਗੀਤ ਅਸਲ ਵਿੱਚ ਮੇਰਾ ਨਹੀਂ ਹੈ ਹੀ, ਸੁਣਨ ਵਾਲਿਆਂ ਦਾ, ਸਰੋਤਿਆਂ ਦਾ ਗੀਤ। ਕਿਆ ਬਾਤ ਹੈ, ਬਹੁਤ ਅੱਛੇ, ਬਹੁਤ ਕੋ ਬਸ ਸੋਹ ਰੋਡ ਜਾਂਦੇ ਹੋ ਤੇ ਸੌ ਥੱਲ ਜਾਂਦੇ ਹੋ, ਸੋਹ ਰੋਡ ਜਾਂਦੇ ਹੋ ਤੇ ਸੌ ਥੱਲ ਜਾਂਦੇ ਹੋ, ਕਦੇ ਬੁਲ ਬਹਿਪਟਨ ਵੀ ਆਇਆ ਕਰੋ ਜੀ, ਕਿਹੜਾ ਡੈਡਲੀ ਰੋਡ ਤੇ, ਕਿਹੜਾ ਡੈਡਲੀ ਰੋਡ ਤੇ ਲਾਇਆ ਕਰੋ ਜੀ, ਕਿਹੜਾ ਡੈਡਲੀ ਰੋਡ ਤੇ ਲਾਇਆ ਕਰੋ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ, ਬਹੁਤ ਅੱਛੇ। ਕਿਉਂਕਿ ਇਹ ਗੀਤ ਮੈਂ ਤਾਂ ਤੁਹਾਨੂੰ ਕਿਹਾ ਕਰਕੇ ਬਹੁਤ ਮਸ਼ਹੂਰ ਆ, ਔਰ ਜਿੱਥੇ ਜਾਓ ਤਕਰੀਬਨ ਤਕਰੀਬਨ ਇਹ ਗੀਤ ਸੁਣਨ ਨੂੰ ਮਿਲ ਜਾਂਦਾ। ਹਾਂਜੀ, ਹੁਣ ਮੈਂ ਕੋਸ਼ਿਸ਼ ਕਰ ਰਿਹਾ ਉਸ ਗੀਤ ਨੂੰ ਦੁਬਾਰਾ ਜਿੱਦਾਂ ਦੁਗਾਣਾ ਕਰਕੇ ਗਾਇਆ ਜਾਵੇ। ਉਹ ਦੁਗਾਣਾ ਵੀ? ਅੱਛਾ, ਦੁਗਾਣਾ ਮੈਂ ਕਰ ਦੇਣਾ ਹੁਣ, ਮਤਲਬ ਇਹ ਮੈਂ ਕਲਮ ਬੰਦ ਉਹ ਹੀ ਕਰਨਗੇ ਸਾਡੇ ਜੀ। ਹਾਂਜੀ, ਕਲਮ ਬੰਦ ਉਹ ਹੀ ਕਰਨਗੇ। ਹਾਂ ਹਾਂ ਹਾਂ, ਕਿਉਂਕਿ ਮੇਰਾ ਵੀ ਜੀਣ ਦਾ ਕੋਈ ਮਕਸਦ ਇੱਦਾਂ ਹੀ ਹੁੰਦਾ ਵੀ ਇੱਕ ਵਾਰੀ ਲਾਈ ਤਾਂ ਫਿਰ ਤੋੜਨੀ ਨਹੀਂ ਚਾਹੀਦੀ। ਕਿਆ ਬਾਤ, ਕਿਆ ਬਾਤ, ਬਸ ਇਹ ਆ। ਨਹੀਂ ਉਹ ਤਾਂ ਠੀਕ ਹੈ, ਤੋੜਨੀ ਤਾਂ ਨਹੀਂ ਚਾਹੀਦੀ, ਤੁਹਾਨੂੰ ਕੁਛ ਮਿਲਦਾ ਹੀ ਆ ਉਹਦੇ ਵਿੱਚੋਂ। ਨਹੀਂ ਹਾਂਜੀ, ਇਹ ਵੀ ਗੱਲ ਹੈ। ਨਹੀਂ ਇੱਦਾਂ ਹੁੰਦਾ, ਦੇਖੋ ਜੀ ਬਹੁਤ ਸਾਰੇ ਕਈ ਵਾਰੀ ਉਹ ਇੱਕ ਡੱਲੀ ਰੋਡ ਦਾ ਗੀਤ ਹੈ ਕਿ ਜਿਹੜਾ ਉਹਨੇ ਗਾਇਆ ਤਾਂ ਮਸ਼ਹੂਰ ਹੋਇਆ, ਇੱਕ ਹੁੰਦਾ ਦੁਬਾਰਾ ਹੋਰ ਕਿਸੇ ਤੋਂ ਤੁਸੀਂ ਲਿਖਾ ਲੈਣਾ ਤਾਂ ਫੇਕ ਆਉਣਾ, ਫੇਕ ਆਉਣਾ, ਫਿਰ ਉਹ ਥੋੜਾ ਜਿਹਾ ਮੈਨੂੰ ਮੈਨੂੰ ਜਾਣ ਕੇ ਆਪਣੇ ਆਪ ਨੂੰ ਫੀਲਿੰਗ ਇਦਾਂ ਹੁੰਦੀ ਵੀ ਉਹ ਸਹੀ ਨਹੀਂ ਹੋ ਰਿਹਾ, ਨਾਲੇ ਸੇਮ ਸਿੰਗਰ ਨੇ ਗਾਉਣਾ ਤੇ ਸੇਮ ਦੁਬਾਰਾ ਰਾਈਟਰ ਨੇ, ਉਹ ਗੱਲ ਬਣਦੀ। ਹਾਂਜੀ, ਹੈ
ਨਾਲੇ ਜਿਹੜੀ ਫੀਲਿੰਗ ਤੁਹਾਡੇ ਪਹਿਲੇ ਗੀਤ ਵਿੱਚ ਆ ਜਾਂਦੀ ਹੈ, ਸੈਕੰਡ ਵਾਲੇ ਸ਼ਾਇਦ ਆਵੇ ਕਿ ਨਾ ਆਵੇ, ਇਹ ਵੀ ਨਹੀਂ ਫਿਰ ਨਹੀਂ ਇਹ ਗੱਲ ਬਿਲਕੁਲ ਇਹ ਦੁਰਸਤ ਹੈ, ਚੀਜ਼ਾਂ ਪਰ ਇੱਕ ਕੋਸ਼ਿਸ਼ ਹੁੰਦੀ ਕਿ ਅਸੀਂ ਆਪਣੇ ਸ਼ਹਿਰ ਨੂੰ ਮਸ਼ਹੂਰ ਤਾਂ ਕਰਨਾ, ਮਸ਼ਹੂਰ ਤੇ ਕਰਨਾ, ਕਿਆ ਬਾਤ ਹੈ, ਕਿਉਂ ਸੱਚੀ ਗੱਲ ਆ, ਕਿਉਂਕਿ ਦੇਖੋ ਇੰਗਲੈਂਡ ਭਰਿਆ ਪਿਆ ਆਰਟਿਸਟਾਂ ਦੇ ਨਾਲ, ਹਾਂਜੀ ਹੈ ਨਾ, ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਘਰ ਦਾ ਜੋਗੀ ਜੋਗਣਾ ਬਾਹਰਲਾ ਜੋਗੀ ਸਿੱਧ, ਹਾਂਜੀ ਇਹ ਸਾਡੀ ਕਹਾਵਤ ਆ ਜੀ ਬਿਲਕੁਲ, ਪਰ ਮੈਂ ਹਮੇਸ਼ਾ ਕਰਦਾ ਹੁੰਦਾ ਕਿ ਜਿਹੜੇ ਸਾਡੇ ਬੁਲਾਂਟਨ ਦੇ ਸਿੰਗਰ ਆ ਜਾਂ ਰਾਈਟਰ ਆ ਜੀ, ਉਹਨਾਂ ਨੂੰ ਦੁਨੀਆ ਤੱਕ ਲਿਜਾਇਆ ਜਾਵੇ, ਪਬਲਿਕ ਵਿੱਚ ਦੱਸਿਆ ਜਾਵੇ ਕਿ ਬੁਲਾਂਟਨ ਦੇ ਵਿੱਚ ਸਾਨੂੰ ਵੀ ਰਹਿੰਦਿਆਂ ਨੂੰ ਬਹੁਤ ਸਮਾਂ ਹੋ ਗਿਆ, ਔਰ ਤੁਹਾਨੂੰ ਵੀ ਕਾਫੀ ਸਮਾਂ ਹੋ ਗਿਆ, ਔਰ ਜਿੱਥੇ ਕਹਿੰਦੇ ਰਹੀਦਾ ਜਿੱਥੇ ਖਾਈਦਾ, ਉਹ ਗੁਰਦਾਸ ਮਾਨ ਜੀ ਦਾ ਗੀਤ ਹੈ ਨਾ, ਉਸ ਨੂੰ ਨਹੀਂ ਭੰਡੀ ਦਾ ਜਿਹਨੂੰ ਕਿਉਂ ਭੰਡਣਾ, ਜਿਹਨੇ ਸਾਨੂੰ ਸਭ ਕੁਝ ਦੇ ਦਿੱਤਾ, ਬਿਲਕੁਲ ਜੀ ਬਹੁਤ ਹਾਂਜੀ, ਤੇ ਵਧੀਆ ਲੱਗਿਆ, ਤੇ ਤੁਹਾਡੇ ਫੈਨ ਕਾਫੀ ਆ ਔਰ ਜਿਹੜੇ ਇਸ ਵੇਲੇ ਹੁਣ ਸੁਣ ਵੀ ਰਹੇ ਆ ਜੀ ਜੀ, ਉਹਨਾਂ ਨੇ ਵੀ ਤੁਹਾਨੂੰ ਬੜਾ ਪਸੰਦ ਕਰਦਾ, ਕਿਉਂਕਿ ਜਿਹੜੀਆਂ ਗੀਤ ਸੁਣਨਾ ਉਹ ਇੱਕ ਵੱਖਰੀ ਗੱਲ ਆ ਜੀ ਜੀ, ਉਸ ਜਿਹਨੇ ਗੀਤ ਗਾਇਆ ਉਹਦੇ ਜਿਹੜੀਆਂ ਦਿਲ ਦੀਆਂ ਭਾਵਨਾ, ਜਿਹੜੇ ਦਿਲ ਦੇ ਸਵਾਲ ਜਵਾਬ ਆ, ਉਹਨਾਂ ਨੂੰ ਸੁਣਨਾ ਉਹ ਇੱਕ ਵੱਖਰੀ ਗੱਲ, ਲੋਕ ਜਾਣਨਾ ਚਾਹੁੰਦੇ ਹੁੰਦੇ ਨੇ ਕਿ ਇਹ ਚਮਕੀਲਾ ਸਾਨੂੰ ਇਹਦੇ ਬਾਰੇ ਕੁਝ ਪਤਾ ਨਹੀਂ, ਲੇਕਿਨ ਅੱਜ ਤੁਸੀਂ ਦੱਸਿਆ ਕਿ ਮੈਂ ਕਦੋਂ ਆਇਆ, ਆ ਕੇ ਕੀ ਕੀਤਾ, ਹੁਣ ਵੀ ਕੀ ਕਰ ਰਹੇ ਹੋ, ਅਤੇ ਇਹ ਮੇਰੀ ਹੋਬੀ ਸੀ, ਕਹਿੰਦੇ ਜੇ ਇਹ ਨਾ ਹੁੰਦੀ ਤਾਂ ਮੈਨੂੰ ਪਤਾ ਨਹੀਂ ਹੋਬੀ ਕਿਹੜੀ ਹੋਣੀ ਸੀ, ਯੈਸ ਹੈ, ਲੇਕਿਨ ਹੋਣੀ ਤਾਂ ਸੀ ਕੋਈ ਨਾ ਕੋਈ, ਨਹੀਂ ਹੋਣੀ ਸੀ, ਬਸ ਆਹ ਕੰਮਕਾਰੀ ਕਰਦੇ ਹੋਣਾ ਸੀ, ਆਮ ਇਨਸਾਨਾਂ ਵਾਂਗ ਕੰਮ ਕਰਦੇ, ਕੰਮ ਕਰਨਾ ਸੀ, ਕੰਮ ਕਰਨਾ, ਆਪਣੀ ਜ਼ਿੰਦਗੀ ਜੀਣ ਲਈ ਤਾਂ ਕੁਛ ਨਾ ਕੁਛ ਤਾਂ ਕਰਨਾ ਪੈਂਦਾ, ਕਰਨਾ ਪੈਂਦਾ, ਰਸਤੇ ਰਸਤੇ ਤੁਹਾਨੂੰ ਜਿਹੜੀਆਂ ਜ਼ਿੰਦਗੀ ਦੇ ਵਿੱਚ ਨਾ ਰਸਤੇ ਆਪਣੇ ਆਪ ਹੀ ਬਣ ਜਾਂਦੇ, ਬਣ ਜਾਂਦੇ ਜਦੋਂ ਬੰਦੇ ਨੂੰ ਖੁਦ ਪਤਾ ਵੀ ਮੈਂ ਕਰਨਾ ਕੀ ਜ਼ਿੰਦਗੀ 'ਚ, ਕਿਆ ਬਾਤ ਹੈ, ਪਤਾ ਹੋਣਾ ਚਾਹੀਦਾ, ਪਤਾ ਹੋਣਾ ਚਾਹੀਦਾ, ਪਤਾ ਹੋਣਾ ਬਹੁਤ ਜ਼ਰੂਰੀ ਹੈ, ਏਮ ਹੋਣਾ ਚਾਹੀਦਾ ਬੰਦੇ ਨੂੰ ਕਿ ਮੈਂ ਇੱਥੇ ਪਹੁੰਚਣਾ, ਹਾਂਜੀ ਹਾਂਜੀ, ਫਿਰ ਬੰਦਾ ਪਹੁੰਚ ਹੀ ਜਾਂਦਾ, ਬਿਲਕੁਲ ਜੀ ਬਿਲਕੁਲ ਜੀ, ਇਹ ਵੀ ਨਾ ਹੋਊਗਾ ਤਾਂ ਫਿਰ ਕੀ ਕਰੋਗੇ ਤੁਸੀਂ, ਬਿਲਕੁਲ ਇਹ ਵੀ ਗੱਲ ਹੈ, 2000 ਦੇ ਵਿੱਚ ਹਾਂ ਆਪਾਂ ਗਏ ਸੀ ਇੰਡੀਆ ਅਤੇ ਆਪਾਂ ਚਮਕੀਲਾ ਸਾਹਿਬ ਦੇ ਘਰ ਗਏ ਸੀ, ਵਾਹ ਜੀ ਵਾਹ, ਅੱਛਾ, ਉਹਨਾਂ ਦੇ ਸਾਰੇ ਪਰਿਵਾਰ ਨੂੰ ਮਿਲ ਕੇ ਸੀ, ਅੱਛਾ, 2000 ਦੇ ਵਿੱਚ ਉਹਨਾਂ ਦੀ ਛੋਟੀ ਬੇਟੀ ਵੀ ਘਰ ਸੀ, ਉਹਨਾਂ ਦੀ ਧਰਮ ਪਤਨੀ ਜੀ ਵੀ ਘਰ ਸੀ, ਉਹਨਾਂ ਦੇ ਬ੍ਰਦਰ ਵੀ ਛੋਟੇ ਅਵਤਾਰ ਸਿੰਘ ਤਾਰੀ ਉਹ ਵੀ ਘਰ ਸੀ, ਸਾਰਿਆਂ ਨੂੰ ਮਿਲਿਆ, ਸਾਰਿਆਂ ਨੂੰ ਮਿਲ ਕੇ ਬੜਾ ਮਨ ਖੁਸ਼ ਹੋਇਆ, ਤੇ ਹੁਣ ਸਾਡੇ ਪਿਛਲੇ ਸਾਲ ਜਿਹੜੀ ਹੁਣ ਬਰਸੀ ਗਈ ਹੈ ਐਸੇ ਸਾਲ ਦੇ ਵਿੱਚ, ਸੋਰੀ ਹਾਂਜੀ, ਮਾਰਚ ਦੇ ਵਿੱਚ 8 ਮਾਰਚ ਜੀ, ਤੇ ਇੱਥੇ ਸਾਡੇ ਗਏ ਆ ਆਪਣੇ ਪ੍ਰਿੰਸ ਆਫ ਵੇਲ ਦੇ ਜਿੰਦਰ ਜਿੰਦਰ ਸਾਹਿਬ, ਸਾਡੇ ਬਹੁਤ ਬੜੇ ਮੇਰੇ ਦੋਸਤ ਨੇ, ਅੱਛਾ, ਬਹੁਤ ਪਿਆਰੇ ਦੋਸਤ ਨੇ, ਤੇ ਇਹ ਇੰਡੀਆ ਗਏ, ਇਹਨਾਂ ਨੇ ਇੰਡੀਆ ਚਮਕੀਲਾ ਜੀ ਦੇ ਘਰ ਪਹੁੰਚ ਗਏ ਤਾਂ ਮੈਨੂੰ ਵੀਡੀਓ ਕਾਲ ਕਰਾ ਕੇ ਉਹਨਾਂ ਸਾਰਿਆਂ ਨਾਲ ਗੱਲਬਾਤ ਕਰਾਈ, ਵਾਹ ਜੀ ਵਾਹ, ਕੀ ਬਾਤ, ਔਰ ਚਮਕੀਲਾ ਜੀ ਦੀ ਧਰਮ ਪਤਨੀ ਨੇ ਕਿਹਾ ਵੀ ਜਦੋਂ ਨੇੜੀ ਨੈਕਸਟ ਈਅਰ ਬਰਸੀ ਆਉਣੀ ਹੈ ਉੱਥੇ ਤੁਸੀਂ ਪਹੁੰਚਣਾ, ਅੱਛਾ, ਮੈਂ ਕਿਹਾ ਜੀ ਕੋਸ਼ਿਸ਼ ਕਰਾਂਗੇ, ਅੱਛਾ, ਉਹ ਕਹਿੰਦੇ ਨੇ ਕੋਸ਼ਿਸ਼ ਨਹੀਂ ਆਉਣਾ ਆ, ਆਉਣਾ ਹੀ ਆ, ਤਾਂ ਮੇਰੇ ਮਨ ਦੇ 2000 ਦੀ ਗੱਲ ਹੈ, ਨਹੀਂ ਨਹੀਂ ਹੁਣ ਜਦੋਂ ਹੁਣ ਇਹ ਉਹ ਪੁਰਾਣੀ ਗੱਲ ਹੋ ਗਈ, ਮੈਂ ਗਿਆ ਸੀ, ਅੱਛਾ, 2000 ਦੇ ਵਿੱਚ, ਇਹ ਹੁਣ ਇਸ ਜਿਹੜਾ ਆਹ ਸਾਲ ਗਿਆ ਮਾਰਚ ਦੇ ਵਿੱਚ, ਹਾਂ 8 ਮਾਰਚ ਨੂੰ ਪ੍ਰੋਗਰਾਮ ਹੋਇਆ, 9 ਮਾਰਚ ਨੂੰ ਜਾਂ 10 ਮਾਰਚ ਨੂੰ ਇਹ ਜਿੰਦਰ ਸਾਹਿਬ ਮੇਰੇ ਨਾਲ ਗੱਲ ਕਰਾ ਰਹੇ, ਅੱਛਾ ਜੀ, ਅੱਛਾ, ਉਹਨਾਂ ਦੇ ਪਰਿਵਾਰ ਵਿੱਚ ਇਹ ਇੰਡੀਆ ਗਿਆ ਸੀ, ਬਿਲਕੁਲ, ਇੱਧਰੋਂ ਗਏ ਸੀ ਇੰਡੀਆ, ਇੰਡੀਆ ਨੂੰ, ਹਾਂ ਹਾਂ, ਇੰਡੀਆ ਵਿੱਚ ਗਿਆ ਸੀ ਤਾਂ ਚਮਕੀਲਾ ਜੀ ਦੇ ਘਰੋਂ ਜਿਹੜੇ ਉਹਨਾਂ ਦੀ ਸਰਨ ਧਰਮ ਪਤਨੀ ਰਹਿ ਰਹੇ, ਉਸ ਘਰ ਦੇ ਵਿੱਚੋਂ ਵੀਡੀਓ ਕਾਲ ਕਰਕੇ ਫਿਰ ਮੈਨੇ ਸਾਰਿਆਂ ਨਾਲ ਜਦੋਂ ਮੇਰੇ ਨਾਲ ਗੱਲਬਾਤ ਕਰਾਈ ਤਾਂ ਮੇਰਾ ਬੜਾ ਮਨ ਖੁਸ਼ ਹੋਇਆ, ਕਿਆ, ਤਾਂ ਉਹ ਮੇਰੇ ਮਨ 'ਚ ਇੱਕ ਫੀਲਿੰਗ ਜੀ ਹੋਣ ਲੱਗ ਪਈ ਵੀ ਹੁਣ ਮੈਨੂੰ ਸ਼ਾਇਦ ਲੱਗਦਾ ਜਾਣਾ ਪੈਣਾ ਜਾਂ ਮੈਂ ਨਾ ਜਾਵਾਂ, ਇਹ ਸਵਾਲ ਜਵਾਬ ਹੋ ਰਿਹਾ ਮੇਰੇ ਮਨ, ਅੱਛਾ, ਨਹੀਂ ਨਹੀਂ ਜਾਣਾ ਚਾਹੀਦਾ ਜ਼ਰੂਰ, ਜਿੱਥੇ ਇੰਨਾ ਪ੍ਰੇਮ ਹੋਵੇ ਉੱਥੇ ਜ਼ਰੂਰ ਜਾਣਾ ਚਾਹੀਦਾ ਆ, ਔਰ ਉਹਨਾਂ ਨੂੰ ਦੱਸਿਆ ਸੀ ਕਿ ਮੈਂ ਇੱਥੇ, ਉਹਨਾਂ ਜਿੰਦਰ ਸਾਹਿਬ ਨੇ ਫਿਰ ਗੱਲ ਦੱਸਤਾ ਸੀ, ਸਾਰਿਆਂ ਪਹਿਲਾਂ ਦੱਸਿਆ ਫਿਰ ਮੇਰੇ ਨਾਲ ਫੋਨ ਤੇ ਗੱਲ ਕਰਾਈ, ਕਿਆ ਬਾਤ, ਉਹਨਾਂ ਨੂੰ ਵੀ ਬੜਾ ਚਾਅ, ਬਹੁਤ ਮਨ ਖੁਸ਼ ਹੈ, ਬਹੁਤ ਮਨ ਖੁਸ਼ ਹੈ ਜੀ, ਕਿਆ ਬਾਤ, ਅੱਛਾ ਚਮਕੀਲਾ ਜੀ ਤੁਸੀਂ ਆਪਣੇ ਫੈਨ, ਤੁਹਾਡੇ ਫੈਨ ਬੜੇ ਨੇ, ਉਹਨਾਂ ਨੂੰ ਆਖਰ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੋਗੇ?
ਸੁਨੇਹਾ ਮੈਂ ਇਹ ਕਹਿਣਾ ਚਾਹੁੰਦਾ, ਜਿਹੜੇ ਯੂਕੇ ਵਿੱਚ ਰਹਿੰਦੇ ਜਾਂ ਉਹ ਵਰਲਡ ਵਿੱਚ ਰਹਿੰਦੇ ਆ, ਜੀ ਜਦੋਂ ਮੈਨੂੰ ਕਿਸੇ ਵੀ ਕੋਨੇ 'ਤੇ ਟੱਕਰਦੇ, ਜਦੋਂ ਬੁਲਾ ਲੈਂਦੇ ਆ, ਹਾਂਜੀ ਬਸ ਮੈਨੂੰ ਇੱਦਾਂ ਲੱਗਦਾ ਮੇਰੀ ਦੁਨੀਆ ਅਤੇ ਇਹ ਪਿਆਰ ਕਰਨ ਵਾਲੇ ਹਾਂ, ਹਮੇਸ਼ਾ ਇੱਦਾਂ ਹੀ ਰਹਿਣ, ਇਹਦੇ ਰਹਿਣ, ਖੁਸ਼ ਰਹਿਣ, ਹਮੇਸ਼ਾ ਖੁਸ਼ ਰਹਿਣ ਹਮੇਸ਼ਾ। ਔਰ ਕੱਲ੍ਹ ਅਸੀਂ ਚਮਕੀਲਾ। ਲੰਡਨ ਗਏ, ਲੰਡਨ ਵੀ ਉੱਥੇ ਜਦੋਂ ਅਸੀਂ ਟ੍ਰੇਨ ਸਟੇਸ਼ਨ ਤੋਂ ਉਤਰੇ ਅਤੇ ਉੱਥੇ ਵੀ ਬੁਲਾਉਣ ਆਏ ਤਾਂ ਮੇਰਾ ਬੜਾ ਮਨ ਖੁਸ਼ ਹੋਇਆ। ਬਸ ਇਸੇ ਇੱਦਾਂ ਤਰ੍ਹਾਂ ਬਸ ਹੀ ਸਾਨੂੰ ਇਹ ਇਹ ਜ਼ਿੰਦਗੀ ਹੈ, ਬਸ ਖੁਸ਼ ਰਹਿਣ ਔਰ ਤੁਹਾਨੂੰ ਇਸੇ ਤਰ੍ਹਾਂ ਹੀ ਸੁਣਦੇ ਰਹਿਣ, ਸੁਣਦੇ ਰਹਿਣ, ਪਿਆਰ ਕਰਦੇ ਰਹਿਣ, ਅਰਦਾਸਾਂ ਕਰਦੇ ਰਹਿਣ, ਬਸ ਔਰ ਤੁਹਾਡੀ ਜਿਹੜੀ ਆ ਇਹ ਬੁਲੰਦੀਆਂ ਤੱਕ ਤੁਹਾਡੀ ਆਵਾਜ਼ ਪਹੁੰਚੇ, ਸਾਡੀ ਵੀ ਇਹੀ ਅਰਦਾਸ ਹੈ। ਧੰਨਵਾਦ ਜੀ ਤੁਹਾਡਾ। ਅਸੀਂ ਆਖਿਰ ਦੇ ਵਿੱਚ ਆਪ ਜੀ ਦਾ GAJ ਰਿਕਾਰਡ ਚੈਨਲ ਤੇ ਪੂਰੀ ਟੀਮ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਪ ਜੀ ਨੇ ਆਪਣੇ ਕੀਮਤੀ ਸਮੇਂ 'ਚੋਂ ਸਾਨੂੰ ਸਮਾਂ ਦਿੱਤਾ। ਤੁਹਾਡਾ ਵੀ ਧੰਨਵਾਦ ਜੀ। ਪਰਮਾਤਮਾ ਕਰੇ ਆਪ ਜੀ ਨੂੰ ਹੋਰ ਵੀ ਵਧਾਵੇ ਫੁਲਾਵੇ ਔਰ ਉੱਪਰ ਬੁਲੰਦੀਆਂ ਤੱਕ ਲੈ ਕੇ ਜਾਵੇ, ਸਾਡੀ ਇਹੀ ਅਰਦਾਸ ਹੈ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। GAJ ਦਾ ਅਸੀਂ ਬਹੁਤ ਸਾਰਾ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਬੜਾ ਦੇਖੋ ਉਪਰਾਲਾ ਕਰਦੇ ਆ, ਨੱਠ ਭੱਜ ਕਰਦੇ ਆ, ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਚੈਨਲਾਂ ਰਾਹੀਂ ਜਾਂ ਯੂਟਿਊਬ 'ਤੇ ਦੇਖਦੇ ਹਾਂ ਜੀ, ਉਹ ਛੋਟੀ ਜਿਹੀ ਗੱਲ ਲੱਗਦੀ, ਪਰ ਇਹਦੇ ਪਿੱਛੇ ਮਿਹਨਤ ਬੜੀ ਕਰਨੀ ਮਿਹਨਤ ਪੈਂਦੀ, ਬੜੀ ਨੱਠ ਕਰਨੀ ਭੱਜ, ਟਾਈਮ ਪੈਂਦਾ, ਕਰਨਾ ਸੈੱਟ ਸਹੀ ਗੱਲ, ਅਤੇ ਬਹੁਤ ਔਖਾ ਲੱਗਦਾ, ਅਤੇ ਪਰ ਇੰਨਾ ਟਾਈਮ ਸਟਰਗਲਿੰਗ ਕਰਕੇ ਅਸੀਂ ਨਾ ਤੁਹਾਡਾ ਅਤੇ ਚੈਨਲ ਦਾ ਬਹੁਤ ਸਾਰਾ ਧੰਨਵਾਦ ਕਰਦੇ। ਥੈਂਕ ਯੂ ਜੀ, ਆਪ ਥੈਂਕ ਜੀ ਯੂ, ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਦੋਸਤੋ, ਇਹ ਸਨ ਪ੍ਰੇਮ ਚਮਕੀਲਾ ਜੀ, ਔਰ ਅਗਲੀ ਮੁਲਾਕਾਤ ਆਪ ਜੀ ਦੇ ਨਾਲ ਕਿਸੇ ਹੋਰ ਇਹੋ ਜਿਹੇ ਹੁਨਰਕਾਰ, ਇਹੋ ਜਿਹੇ ਕਲਾਕਾਰ ਦੇ ਨਾਲ ਫਿਰ ਕਰਵਾਈ ਜਾਏਗੀ। ਧੰਨਵਾਦ।